ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪ੍ਰਤੀਸ਼ਤ ਮੈਥ ਦਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਜਿਹੜਾ ਕਿ ਹਰ ਇੱਕ ਜੌਬ ਦੇ ਨਾਲ ਰਿਲੇਟਡ ਆ ਹਰ ਇੱਕ ਸਿਲੇਬਸ ਤੁਸੀਂ ਉਠਾ ਕੇ ਦੇਖ ਸਕਦੇ ਹੋ ਜਿਹਦੇ ਵਿੱਚ ਮੈਥ ਹੈ ਤਾਂ ਉਸ ਦੇ ਵਿੱਚ ਪਰਸੈਂਟੇਜ ਇੱਕ ਮੇਨ ਟੌਪਿਕ ਆ ਚਾਹੇ ਕਿਸੇ ਵੀ ਲੈਵਲ ਦੀ ਪੋਸਟ ਆ ਪਰਸੈਂਟੇਜ ਉਹਦੇ ਵਿੱਚ ਮੇਨ ਟੌਪਿਕ ਆ ਠੀਕ ਹੈ ਇਸ ਕਰਕੇ ਜਿਹੜੇ ਵੀ ਸਟੂਡੈਂਟ FCI ਨੈਵ ਤਸੀਲਦਾਰ PPAS ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਇਸ ਤੋਂ ਪਹਿਲਾਂ ਵੀ ਮੈਂ ਪ੍ਰਤੀਸ਼ਤ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਵੀਡੀਓ ਪਾ ਚੁੱਕੀ ਹਾਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖਣਾ ਹੈ ਕਿਉਂਕਿ ਉਹ ਜ਼ਿਆਦਾ ਇੰਪੋਰਟੈਂਟ ਨੇ ਹਾਂਜੀ ਤੇ ਜਿਹੜੇ ਵੀ ਸਟੂਡੈਂਟ ਅੱਜ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਤਾਂ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋਏ ਅਸੀਂ ਸਾਡੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਕਿ ਇੱਥੇ ਲਿਖਿਆ ਹੋਇਆ ਹੈ ਪ੍ਰਤੀਸ਼ਤ ਪਰਸੈਂਟੇਜ ਪਰ ਦਾ ਮਤਲਬ ਕੀ ਹੁੰਦਾ ਵਾ ਇੱਕ ਅਤੇ ਸੈਂਟਿਸ ਦਾ ਮਤਲਬ ਕੀ ਹੁੰਦਾ ਵਾ ਸੈਂਕੜਾ ਸੈਂਕੜਾ ਮਤਲਬ ਕਿੰਨਾ ਹੁੰਦਾ ਵਾ 100 ਹੁੰਦਾ ਵਾ ਠੀਕ ਹੈ ਜਿਵੇਂ ਤੁਸੀਂ ਹੁਣ ਮੈਂ ਫੋਰ ਐਗਜ਼ਾਮਪਲ ਤੁਹਾਨੂੰ ਇੱਕ ਉਦਾਹਰਣ ਲੈ ਕੇ ਸਮਝਾ ਰਹੀ ਆ ਕਿ ਜੇਕਰ ਮੈਂ ਤੁਹਾਨੂੰ ਕਹਾਂ ਮੇਰੀ ਗੱਡੀ ਦੀ ਸਪੀਡ 1 ਕਿਲੋਮੀਟਰ ਪ੍ਰਤੀ ਘੰਟਾ ਹੈ ਤਾਂ ਇਹਨੂੰ ਅਸੀਂ ਇਦਾਂ ਹੀ ਲਿਖਦੇ ਹਾਂ 1 ਕਿਲੋਮੀਟਰ ਪਰ ਆਰਜ਼ ਇਸੇ ਤਰ੍ਹਾਂ ਲਿਖਦੇ ਆ ਨਾ ਤਾਂ ਇਹਦਾ ਮਤਲਬ ਕੀ ਹੁੰਦਾ 1 ਕਿਲੋਮੀਟਰ ਪਰ ਆਰਜ਼ ਇਹਦਾ मीनिंग ਤਾਂ ਇਹੀ ਹੈ ਨਾ ਜ ਜੇ ਅਸੀਂ ਲਿਖਣਾ ਹੋਵੇ ਇਹੀ ਗੱਲ ਉਹਨੇ ਆਸੀ ਠੀਕ ਹੈ ਤਾਂ ਹੁਣ ਪਰ ਆਰਜ਼ ਇਹਦਾ ਮਤਲਬ ਕੀ ਆ ਪਰ ਸੈਂਕੜਾ ਹੁਣ ਇਹ ਬਣ ਰਿਹਾ ਪਰ ਸੈਂਕੜਾ ਤਾਂ ਪਰ ਸੈਂਕੜਾ ਨੂੰ ਅਸੀਂ ਕਿੱਦਾਂ ਲਿਖਾਂਗੇ ਇਸੇ ਤਰ੍ਹਾਂ ਠੀਕ ਹੈ ਹੁਣ ਦੇਖੋ ਤੇ ਪਰਸੈਂਟੇਜ ਦਾ ਮਤਲਬ ਕੀ ਹੋ ਗਿਆ ਪਰਸੈਂਟੇਜ ਨੂੰ ਅਸੀਂ ਇਸ ਨਿਸ਼ਾਨ ਨਾਲ ਡਿਨੋਟ ਕਰਦੇ ਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਠੀਕ ਹੈ ਹੁਣ ਇਹਦਾ ਮਤਲਬ ਕੀ ਹੋ ਗਿਆ 1/100 ਤੇ ਕਿਵੇਂ ਹੋਇਆ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਠੀਕ ਹੈ ਹੁਣ ਤੁਸੀਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਤਾਂ ਤੁਸੀਂ ਪਰਸੈਂਟੇਜ ਕੱਢਣੀ ਆ ਤਾਂ ਤੁਸੀਂ ਕੀ ਕਰਨਾ ਵਾ 100 ਨਾਲ ਮਲਟੀਪਲਾਈ ਕਰਨਾ ਉਹ ਨੰਬਰ ਨੂੰ ਜਿਹਦੀ ਤੁਸੀਂ ਪਰਸੈਂਟੇਜ ਕੱਢ ਰਹੇ ਹੋ ਜਦੋਂ ਤੁਸੀਂ ਪਰਸੈਂਟੇਜ ਕੱਢਣੀ ਆ ਤੁਸੀਂ 100 ਨਾਲ ਮਲਟੀਪਲਾਈ ਕਰਨਾ ਵਾ ਪਰ ਜਦੋਂ ਤੁਸੀਂ ਪਰਸੈਂਟੇਜ ਦਾ ਨਿਸ਼ਾਨ ਹਟਾਉਣਾ ਵਾ ਤਾਂ ਤੁਸੀਂ ਕੀ ਕਰਨਾ ਵਾ ਜਿਵੇਂ ਪਰਸੈਂਟੇਜ ਦਿੱਤੀ ਹੋਈ ਆ ਇਹਦਾ ਮਤਲਬ ਕਿ 1/100 ਤਾਂ ਜਦੋਂ ਅਸੀਂ ਪਰਸੈਂਟੇਜ ਦਾ ਨਿਸ਼ਾਨ ਹਟਾ ਕੇ ਅੱਗੇ ਸਟੈਪ ਸੋਲਵ ਕਰਦੇ ਆ ਤਾਂ ਉਦੋਂ ਤੁਸੀਂ ਭਰੋਗੇ 1/100 ਇਸ ਗੱਲ ਨੂੰ ਇਹੀ ਤੁਹਾਡਾ ਮੇਨ ਟਾਪਿਕ ਆ ਜਿਹਨੂੰ ਇਹ ਸਮਝ ਆ ਗਿਆ ਤਾਂ ਉਹਨੂੰ ਮੰਨ ਲਓ ਸਾਰੀ ਪਰਸੈਂਟੇਜ ਕੱਢਣ ਦਾ ਵੀ ਪਤਾ ਲੱਗ ਗਿਆ ਜਿਵੇਂ ਹੁਣ ਤੁਹਾਡੇ +2 ਦੇ ਨੰਬਰ ਆ ਤੁਸੀਂ +2 ਦੇ ਨੰਬਰ ਦੇ ਜਾਂ 10th ਦੇ ਨੰਬਰ ਆ ਤੁਹਾਡੇ ਠੀਕ ਹੈ ਤੁਸੀਂ ਉਹਦੀ ਪਰਸੈਂਟੇਜ ਕੱਢਣੀ ਆ ਤਾਂ ਉਹਦੇ ਲਈ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਟੋਟਲ ਨੰਬਰ ਆ ਠੀਕ ਹੈ ਜਿਹੜੇ ਤੁਹਾਡੇ ਕੁੱਲ ਅੰਕ ਆ ਉਹ ਲਿਖਨੇ ਆ ਤੁਸੀਂ ਹੇਠਾਂ ਤੇ ਫਿਰ ਮਾਰਕਸ ਓਬਟੇਨਡ ਬਾਈ ਜਿੰਨੇ ਮਾਰਕਸ ਤੁਹਾਡੇ ਆਏ ਹੋਏ ਆ ਠੀਕ ਹੈ ਜਿਹੜੇ ਮਾਰਕਸ ਤੁਸੀਂ ਪੇਪਰਾਂ ਦੇ ਵਿੱਚੋਂ ਲਏ ਆ ਉਹ ਲਾਉਂਗੇ ਉੱਪਰ ਪਰਸੈਂਟੇਜ ਕੱਢਣ ਲਈ ਗੁਣਾ ਕਰਦੇ ਆ 100 ਨਾਲ ਤੁਸੀਂ ਸਾਰਿਆਂ ਨੇ ਹੁਣ ਆਪਣੀ ਪਹਿਲਾਂ ਇਸ ਤਰ੍ਹਾਂ ਪਰਸੈਂਟੇਜ ਕੱਢਣੀ ਆ ਜਿਹੜੇ ਨੰਬਰ ਤੁਹਾਡੇ ਆਏ ਆ ਉਹਨੂੰ ਤੁਸੀਂ ਉੱਪਰ ਲਿਖਣਾ ਹੈ ਹੇਠਾਂ ਤੁਸੀਂ ਕੁੱਲ ਅੰਕ ਲਿਖਣੇ ਆ ਠੀਕ ਹੈ ਉੱਪਰ ਆਉਣਾ ਮਾਰਕਸ ਓਬਟੇਨਡ ਬਾਈ ਹੇਠਾਂ ਆਉਣਗੇ ਟੋਟਲ ਮਾਰਕਸ ਗੁਣਾ ਕਰਨੀਆਂ 100 ਨਾਲ ਤੇ ਇਹਦੇ ਨਾਲ ਤੁਹਾਡੀ ਪਰਸੈਂਟੇਜ ਨਿਕਲ ਕੇ ਤੁਹਾਡੇ ਸਾਹਮਣੇ ਆ ਜਾਵੇਗੀ ਤਾਂ ਹੁਣ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋਏ ਅਸੀਂ ਆਪਣੇ ਕੁਐਸਚਨਸ ਸਟਾਰਟ ਕਰਦੇ ਆਂ ਜਿਹੜੇ ਸੈਪਾ ਰੂਲ ਆ ਸ਼ਾਰਟ ਟ੍ਰਿਕਸ ਆ ਉਹ ਮੈਂ ਸਾਰੀਆਂ ਪਹਿਲਾਂ ਤੁਹਾਨੂੰ ਪਰਸੈਂਟੇਜ ਦੇ ਵਿੱਚ ਕਰਵਾ ਚੁੱਕੀ ਆਂ ਪਰ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਨੇ ਕਿ ਸਾਨੂੰ ਪਲੇਲਿਸਟ ਦੇ ਵਿੱਚ ਜਾ ਕੇ ਜਾਂ YouTube ਦੇ ਉੱਪਰ ਤੁਹਾਡੀ ਜਿਹੜੀ ਵੀਡੀਓ ਪਰਸੈਂਟੇਜ ਦੀ ਉਹ ਨਹੀਂ ਮਿਲ ਰਹੀ ਜੇਕਰ ਤੁਸੀਂ YouTube ਤੇ ਇਹ ਵੀ ਭਰ ਦਿੰਨੇ ਹੋ ਕਿ ਪਰਸੈਂਟੇਜ ਬਾਏ ਮੈਥ ਵਿਦ ਸੁਮਨ ਪ੍ਰੀਤਕੌਰ ਤਾਂ ਤੁਹਾਡੇ ਸਾਹਮਣੇ ਸਾਰੇ ਦੇ ਸਾਰੇ ਟੌਪਿਕ ਆ ਜਿਹੜੇ ਜਿਹੜਾ ਵੀ ਤੁਸੀਂ ਪਰ ਨਾਮਾ ਬਾਈ ਮੈਥ ਵਿਦ ਸੁਮਨ ਪ੍ਰੀਤਕੌਰ ਦੇ ਕੇ ਭਰ ਸਕਦੇ ਹਾਂ ਠੀਕ ਹੈ ਇਹਦੇ ਨਾਲ ਤੱਕਿਆ ਤੁਹਾਡੇ ਸਾਹਮਣੇ ਸਾਰੀਆਂ ਵੀਡੀਓ ਹੀ ਆ ਜਾਣਗੀਆਂ ਮੈਥ ਵਾਲੀਆਂ ਹਾਂਜੀ ਤਾਂ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋਏ ਅਸੀਂ ਕੁਐਸਚਨ ਨੰਬਰ 1 ਕਰਦੇ ਹਾਂ ਜੇਕਰ a b ਦਾ 15% ਅਤੇ a b ਦਾ 25% ਹੈ ਤਾਂ b ਦਾ ਕਿੰਨਾ ਪ੍ਰਤੀਸ਼ਤ a ਦੇ ਬਰਾਬਰ ਹੋਵੇਗਾ ਹੁਣ ਇਸ ਗੱਲ ਨੂੰ ਮੇਨ ਧਿਆਨ 'ਚ ਰੱਖਦੇ ਹੋਏ ਹੀ ਅਸੀਂ ਕੁਐਸਚਨ ਹੱਲ ਕਰਨੇ ਆ ਠੀਕ ਹੈ ਤਾਂ ਹਾਂਜੀ ਸਭ ਤੋਂ ਪਹਿਲਾਂ ਦੇਖੋ ਜੋ ਵੀ ਸਾਡਾ ਕੁਐਸਚਨ ਹੈ ਉਹਦੇ ਅਕੋਰਡਿੰਗ ਜੇ ਅਸੀਂ ਚੱਲਦੇ ਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਜਦੋਂ ਵੀ ਸਾਨੂੰ a+b ਆਫ ਆ ਗਿਆ ਨਾ 15% ਆਫ a+b ਜਾਂ 15% ਆਫ a ਜਾਂ b x ਜਾਂ y ਕੁਝ ਵੀ ਆ ਗਿਆ ਆਫ ਦੀ ਜਗ੍ਹਾ ਤੇ ਤੁਸੀਂ ਕੀ ਕਰ ਦੇਣੀ ਗੁਣਾ ਪਾ ਦੇਣੀ ਹੁਣ ਇੱਥੇ ਦਾ ਦਿੱਤਾ ਹੋਇਆ ਤਾਂ ਸਮੈਂ ਦਾ ਦੀ ਜਗ੍ਹਾ ਤੇ ਗੁਣਾ ਪਾਤੀ ਰਾਈਟ ਇਸ ਇਕੁਅਲ ਟੂ ਤਾਂ ਤੁਹਾਨੂੰ ਬਰਾਬਰ ਹੈ 기ਵਨ ਹੀ ਹੈ ਨਾ ਇਹਦੇ ਤਾਂ ਤੁਸੀਂ ਕੀ ਲਿਖ ਦੋਗੇ a-b ਗੁਣਾ ਪਾ ਕੇ 25% ਠੀਕ ਹੈ ਇਸੀ ਤਰ੍ਹਾਂ ਤੁਸੀਂ ਸਟੈਪ ਨੂੰ ਫਾਲੋ ਕਰਦੇ ਹੋਏ ਮੈਂ ਇੱਥੇ ਲਿਖ ਰਹੀ ਹਾਂ ਇਹ ਤਾਂ ਤੁਹਾਨੂੰ ਦਿੱਤਾ ਹੀ ਆ ਵਸ ਤੁਸੀਂ ਇਹਦੀ ਗੁਣਾ ਬਣਾ ਦੇਣੀ ਹੁਣ ਤੁਹਾਨੂੰ ਕੀ ਦਿੱਤਾ ਹੋਇਆ ਵਾ 15% ਪ੍ਰਤੀਸ਼ਤ ਦਾ ਮੀਨਿੰਗ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਅਸੀਂ ਕੀ ਕਰਨਾ ਵਾ ਪ੍ਰਤੀਸ਼ਤ ਨੂੰ ਹਟਾ ਕੇ /100 ਕਰ ਦੇਣਾ ਹੁਣ ਇੱਥੋਂ ਵੀ ਮੈਂ ਪ੍ਰਤੀਸ਼ਤ ਅ ਟਾਹੂਗੀ ਬਟਾ ਕਰ ਦੂੰਗੀ ਮੈਂ 100 ਨਾਲ ਠੀਕ ਹੈ ਹੁਣ 100 ਇਧਰ ਡਿਵਾਈਡ ਹੋ ਰਿਹਾ 100 ਇਧਰ ਡਿਵਾਈਡ ਹੋ ਰਿਹਾ ਦੋਨੋਂ ਡਿਵਾਈਡ ਹੋ ਰਹੇ ਹਨਾ ਤੇ ਦਾ ਮਤਲਬ ਇਹ ਕੈਨਸਲ ਹੋ ਗਏ 100 ਵੀ ਕੈਨਸਲ ਹੋ ਗਿਆ ਪ੍ਰਤੀਸ਼ਤ ਦਾ ਨਿਸ਼ਾਨ ਵੀ ਕੈਨਸਲ ਹੋ ਗਿਆ ਇੱਥੇ ਤੁਹਾਡੇ ਕੋਲ ਕਿੰਨਾ ਬਚ ਗਿਆ 15 15 ਨੂੰ ਮੈਂ ਅੰਦਰ ਮਲਟੀਪਲਾਈ ਕਰਤੀ ਠੀਕ ਹੈ 15 ਦਾ ਇੱਥੇ ਪਿਆ ਵਾ ਇੱਥੇ ਬਣ ਗਿਆ ਤੁਹਾਡੇ ਕੋਲ 15 a 15 b ਇਹ ਮੈਂ ਕਰਤੀ 15 ਨਾਲ ਮਲਟੀਪਲਾਈ ਤੇ ਇਧਰਲੇ ਪਾਸੇ ਤੁਹਾਡੇ ਕੋਲ ਬਣ ਗਿਆ 25 25 a ਅੰਦਰ ਮਲਟੀਪਲਾਈ ਕੀਤੀ ਐ ਕੁਛ ਵੀ ਨਹੀਂ ਕਰ ਰਹੀ ਮੈਂ ਠੀਕ ਹੈ ਹੁਣ ਅਸੀਂ ਕੀ ਕਰਾਂਗੇ ਏ ਵਾਲੇ ਇੱਕ ਸਾਈਡ ਲੈ ਜਾਵਾਂਗੇ ਬੀ ਵਾਲੇ ਇੱਕ ਸਾਈਡ ਲੈ ਜਾਵਾਂਗੇ ਜਦੋਂ ਇਹ ਵਾਲੇ ਇੱਕ ਸਾਈਡ ਲੈ ਕੇ ਆਂਦੇ ਇੱਥੇ ਦੇਖੋ ਕਿੰਨਾ ਆ 15b ਆ ਕਿੰਨਾ ਆ 15b ਤੇ ਇਧਰ ਕਿੰਨਾ ਆ ਗਿਆ ਇਧਰ ਤੁਹਾਡੇ ਕੋਲੇ ਹੈਗਾ ਵਾ -25b -25b ਲਿਖਿਆ ਨਾ ਤੇ ਇਧਰ ਆ ਕੇ ਕੀ ਹੋ ਜਾਣਗੇ +25b ਹੁਣ -25b ਤੇ +25b ਬਰਾਬਰ ਆ ਗਏ 15 25a -25a ਹਾਂਜੀ ਆ ਮਾਈਨਸ ਇਧਰ ਪਲੱਸ ਦਾ ਨਾ 15 ਐ ਇਧਰ ਆ ਕੇ ਮਾਈਨਸ ਹੋ ਜਾ ਏ ਵਾਲੇ ਇੱਕ ਪਾਸੇ ਲੈ ਗਈ ਮੈਂ ਬੀ ਵਾਲੇ ਇੱਕ ਪਾਸੇ ਲੈ ਗਈ ਜਦੋਂ ਇਹ 10 ਮਾਈਨਸ ਹੋਇਆ ਸਭ ਤੋਂ ਪਹਿਲਾਂ ਇੱਥੇ ਦੇਖੋ ਤੁਹਾਡੇ ਕੋਲ ਇੱਥੇ ਮਾਈਨਸ 10 ਵੀ ਪਾ ਲੈਣਾ ਠੀਕ ਐ 10 ਏ ਹੁਣ ਇੱਥੇ ਦੇਖੋ 15 ਬੀ ਤੇ 25 15 ਚ ਅਸੀਂ 25 ਜੋੜਾਂਗੇ ਤਾਂ ਕਿੰਨਾ ਬਣ ਜਾਣਾ 40 ਇੱਥੇ ਤੁਹਾਡੇ ਕੋਲੇ ਬਣ ਗਿਆ 40 ਬੀ ਤੇ ਇੱਥੇ ਤੁਹਾਡੇ ਕੋਲੇ ਬਣ ਗਿਆ 25 ਚੋਂ 10 ਗਈ ਆ 25 ਚੋਂ 15 ਗਈ ਇੱਥੋਂ ਆ 15 ਗਈ ਐ ਠੀਕ ਐ 25 ਚੋਂ 15 ਗਈ ਇੱਥੇ ਤੁਹਾਡੇ ਕੋਲ ਕੀ ਬਣ ਗਿਆ 10 ਏ ਹੁਣ ਇੱਥੇ ਤੱਕ ਤਾਂ ਸਾਰੇ ਸਟੂਡੈਂਟਸ ਜਿਹੜੇ ਵੀ ਨੋਟਸ ਬਣਾ ਰਿਆ ਆ ਵੀਡੀਓ ਨੂੰ ਰੋਕ ਕੇ ਆਪਣੇ ਨੋਟਸ ਤੇ ਨੋਟ ਕਰ ਲੈਣਾ ਤੇ ਇੱਥੇ ਜਿਹੜਾ ਸਟੈਪ ਆ ਮੈਂ ਦੱਸਿਆ ਉਹ ਪੂਰਾ ਕੰਪਲੀਟ ਕਰਕੇ ਲਿਖ ਲੈਣਾ ਹੁਣ ਕਰਦੇ ਆਂ ਅਸੀਂ ਅੱਗੇ ਕੁਐਸਚਨ ਤਾਂ ਇੱਥੇ ਮੇਰੇ ਕੋਲ ਕੀ ਬਣ ਗਿਆ ਕਿ b ਕਿੰਨਾ ਬਣਿਆ ਸੀ ਇੱਥੇ ਮੇਰੇ ਕੋਲੇ 40b 10a ਇਹੀ ਤਾਂ ਬਣਿਆ ਸੀ ਠੀਕ ਹੈ ਹੁਣ ਅਸੀਂ ਕੀ ਕਰਨਾ ਵਾ ਅਸੀਂ ਕੀ ਕਰਨਾ ਵਾ ਕਿ a ਅਤੇ b ਦਾ a ਅਤੇ b b ਦਾ ਕਿੰਨੇ ਪ੍ਰਤੀਸ਼ਤ a ਦੇ ਬਰਾਬਰ ਆ ഹുണ്ട് ബീർസ്പോൺഡിംഗ് ഇദ് ഏ ഡിവാഡ് ഇതെ മൾട്ടപ്ലൈ ഇവിഡ്ഡ ഇത്സ ആ ഇത് ചാലി മൾട്ടപലൈ ദുജേ പാസേ ഓപ്പറ്റേ 10/40 ਹੁਣ ਮੈਂ ਤੁਹਾਨੂੰ ਰੇਸ਼ੋ ਵਾਲਾ ਟੌਪਿਕ ਪਹਿਲਾਂ ਕਰਵਾ ਚੁੱਕੀ ਹਾਂ ਅਨੁਪਾਤ ਵਾਲਾ ਤਾਂ ਉਹਦੇ ਵਿੱਚ ਅਸੀਂ बटे ਨੂੰ ਕੀ ਲਿਖਦੇ ਹੁੰਨੇ ਆ b:a ਜਿਹੜੀ ਚੀਜ਼ ਉੱਪਰ ਉਹਨੂੰ ਪਹਿਲਾਂ ਲਿਖ ਕੇ ਡਿਵਾਈਡ ਦੀ ਜਗ੍ਹਾ ਤੇ ਰੇਸ਼ੋ ਦਾ ਨਿਸ਼ਾਨ ਪਾ ਕੇ a ਲਿਖ ਦੇਣੀ ਆ ਸੇਮ ਇਦਾਂ ਹੀ ਤੁਹਾਡੇ ਕੋਲੇ ਬਣ ਗਿਆ 10:40 ਇਹਦੇ ਕੋਰਸਪੋਂਡਿੰਗ a ਤੁਹਾਡੇ ਕੋਲੇ 10 ਆ ਇਹਦੇ ਕੋਰਸਪੋਂਡਿੰਗ ਤੁਹਾਡੇ ਕੋਲੇ a 40 ਆ ਇਹਦੇ ਕੋਰਸਪੋਂਡਿੰਗ 10 ਆ ਠੀਕ ਹੈ ਇਸ ਤਰ੍ਹਾਂ ਹੀ ਅਸੀਂ ਕਹਿੰਦੇ ਹੁੰਨੇ ਆ ਤਾਂ ਹੁਣ ਤੁਹਾਡੇ ਕੋਲੇ ਕੀ ਬਣ ਗਿਆ ਕਿ ਤੁਸੀਂ ਕੀ ਕੱਢਣਾ ਵਾ b ਦਾ ਕੱਢਣਾ ਹੁਣ ਜੇ b ਦਾ ਕੱਢਣਾ ਵਾ ਤਾਂ b ਦਾ ਕਿੰਨਾ ਲਿਖੋਗੇ b b ਕਿੰਨਾ ਮਾ ਤੁਹਾਡੇ ਕੋਲ b 10 ਸੀਗਾ ਨਾ ਕੋਰਸਪੋਂਡਿੰਗ ਉਹਦੇ ਆਇਆ ਰੇਸ਼ਿਓ ਦੇ ਕੋਰਸਪੋਂਡਿੰਗ b ਦਾ ਪਰਸੈਂਟੇਜ ਕੱਢਣੀ ਆ ਤੁਸੀਂ ਠੀਕ ਹੈ ਉਹ ਵੀ ਮੰਨ ਲੀਣੀ ਹੈ ਕਿ ਮੰਨ ਲਿਆ ਮੈਂ b ਦੀ ਪਰਸੈਂਟੇਜ ਕੀ ਆ x ਆ x ਠੀਕ ਹੈ b ਦੀ ਪਰਸੈਂਟੇਜ ਕਿੰਨੀ ਆ x ਆ a ਦੀ ਤਾਂ ਉਹ ਮੈਂ ਇਦਾਂ ਲਿਖ ਲਿਆ a ਕਿੰਨਾ ਸੀਗਾ ਕਿ 40 ਸੀ ਹੁਣ ਦੇਖੋ ਇਹਦੇ ਵਿੱਚ ਕੀ ਆ ਤੁਹਾਡੇ ਕੋਲ ਪਰਸੈਂਟੇਜ ਤੁਸੀਂ ਹਟਾ ਕੇ ਇੱਥੇ ਕੀ ਲੱਗਦਾ 100 ਆ ਜ਼ੀਰੋ ਦੇ ਨਾਲ ਆ ਜ਼ੀਰੋ ਕੈਨਸਲ ਹੋ ਗਈ ਟੈਕਸ ਬਰਾਬਰ ਆ ਗਿਆ 400 ਆਹ 10 ਇੱਧਰ ਡਿਵਾਈਡ ਹੋ ਰਿਹਾ ਉੱਧਰ ਜਾ ਕੇ ਗੁਣਾ ਹੋ ਗਿਆ ਤਾਂ ਆਪਸ਼ਨ ਤੁਹਾਡੇ ਕੋਲ ਡੀ ਤੁਹਾਡੀ ਰਾਈਟ ਆਪਸ਼ਨ ਬਣ ਗਈ ਠੀਕ ਹੈ ਜੀ ਇਹ ਹੀ ਤੁਹਾਡਾ ਆਨਸਰ ਆ ਹਾਂਜੀ ਨੈਕਸਟ ਕੁਐਸਚਨ ਕਰਦੇ ਆਂ ਅਸੀਂ ਦੋ ਸੰਖਿਆਵਾਂ ਦਾ ਅੰਤਰ ਉਹਨਾਂ ਵਿੱਚ ਕਰ ਵੱਡੀ ਸੰਖਿਆ ਦੇ 20% ਦੇ ਬਰਾਬਰ ਆ ਜੇਕਰ ਛੋਟੀ ਸੰਖਿਆ b ਹੈ ਤਾਂ ਵੱਡੀ ਸੰਖਿਆ ਕਿੰਨੀ ਹੋਵੇਗੀ ਹੁਣ ਦੇਖੋ ਦੋ ਸੰਖਿਆਵਾਂ ਦਾ ਅੰਤਰ ਉਹਨਾਂ ਨੇ ਕਹਿ ਦਿੱਤਾ ਕਿ ਛੋਟੀ ਸੰਖਿਆ ਤਾਂ b ਆ ਹੁਣ ਅਸੀਂ ਲੈ ਲਈ ਵੱਡੀ ਸੰਖਿਆ x ਆਪਣੇ ਕੋਲ ਮੰਨ ਲਈ ਛੋਟੀ ਸੰਖਿਆ 20 ਸਾਨੂੰ ਦਿੱਤੀ ਹੋਈ ਆ ਹੁਣ ਉਹ ਕਹਿੰਦਾ ਉਹਨਾਂ ਵਿੱਚਲਾ ਅੰਤਰ ਦੋਨਾਂ ਵਿਚਲਾ ਅੰਤਰ ਕਿਹਦੇ ਪ੍ਰਤੀਸ਼ਤ ਹੈ 20% ਕਿਹਦੇ ਵੱਡੀ ਸੰਖਿਆ ਦੇ ਵੱਡੀ ਸੰਖਿਆ ਕੀ ਆ x ਤਾਂ ਉਹਨੂੰ ਬਸ ਮੈਨ ਤੁਹਾਨੂੰ ਇਸ ਤਰ੍ਹਾਂ ਲਿਖਣਾ ਆਉਣਾ ਚਾਹੀਦਾ ਠੀਕ ਹੈ ਸਟੇਟਮੈਂਟ ਨੂੰ ਸਮਝੋ ਤੇ ਉਹਨੂੰ ਲਿਖੋ ਫਿਰ ਦੇਖੋ ਤੁਹਾਨੂੰ ਕੀ ਦਿੱਤਾ ਹੋਇਆ ਵਾ ਇੱਥੇ ਕੀ ਆ x 20 ਇਹਨੂੰ ਐਜ਼ ਇਟ ਇਜ਼ ਰੱਖ ਲਓ ਇੱਥੇ ਮੈਂ ਤੁਹਾਨੂੰ ਪਰਸੈਂਟੇਜ ਦਾ मीनिंग ਦੱਸਿਆ ਵਾ ਕਿ /100 ਹੁੰਦਾ ਵਾ /100 ਦਾ ਪਰਸੈਂਟੇਜ ਮੈਂ ਇੱਥੋਂ ਹਟਾਤੀ ਠੀਕ ਹੈ /100 ਕਰਤਾ ਵੀ ਇਹ ਕੰਮੀ 20 ਪਾਂਜਾ ਕਿੰਨੇ ਹੁੰਦੇ ਆ 100 ਇਥੇ ਤੱਕ ਗੱਲ ਖਤਮ ਇੱਥੇ ਤੁਹਾਡੇ ਕੋਲ ਬਣ ਗਿਆ 5x ਠੀਕ ਹੈ x 20 ਕਿੰਨਾ ਆ ਗਿਆ 5x ਦੇ ਬਰਾਬਰ ਆ ਗਿਆ x 20 5x ਹੁਣ ਕਿ ਮੈਂ ਕੀ ਕਰਦੀ ਆ x ਵਾਲੇ ਇੱਕ ਸਾਈਡ ਲੈ ਜਾਣੀ ਆ ਤੇ ਠੀਕ ਹੈ x ਵਾਲੇ ਇੱਕ ਸਾਈਡ ਲਈ ਆਉਣੀ ਆ ਜਿਵੇਂ ਇਸ ਤਰ੍ਹਾਂ ਮੇਰੇ ਕੋਲ ਦੇਖੋ ਕੀ ਦਿੱਤਾ ਹੋਇਆ ਵਾ ਕਿ 5x ਦਿੱਤਾ ਹੋਇਆ ਵਾ ਸੌਰੀ ਇੱਥੇ ਮੇਰੇ ਕੋਲੇ ਕੀ ਸੀਗਾ 20/100 ਸੀ 20/100 ਮਤਲਬ 1/5 ਮਤਲਬ ਮੈਂ 5x ਨਹੀਂਗਾ ਇੱਥੇ 1/5x ਆ ਹੁਣ ਇਹ ਜਿਹੜਾ 5 ਆ ਠੀਕ ਹੈ ਇਹ ਜਿਹੜਾ 5 ਆ ਇੱਧਰ ਆ ਕੇ ਕੀ ਹੋਊਗਾ ਮਲਟੀਪਲਾਈ ਇੱਥੇ ਤੁਹਾਡੇ ਕੋਲ ਬਣ ਗਿਆ 5x 100 ਇੱਧਰ ਆ ਕੇ ਮਲਟੀਪਲਾਈ ਹੋ ਗਿਆ ਸਾਰੇ ਦੇ ਨਾਲ 5 ਬਰਾਬਰ ਕੀ ਦੇ ਆ ਗਿਆ x ਦੇ ਹੁਣ ਇੱਥੇ ਤੁਹਾਡੇ ਕੋਲ ਕੀ ਬਣ ਗਿਆ 5x x ਆ x ਇੱਧਰ ਪਲੱਸ ਦਾ ਸੀ ਇੱਧਰ ਆ ਕੇ ਮਾਈਨਸ ਦਾ ਹੋ ਗਿਆ ਆ ਕਿਉਂਕਿ x ਵਾਲੇ ਨੂੰ ਇੱਕ ਸਾਈਡ 'ਤੇ ਲੈ ਆਉਣੇ ਆ ਦੂਸਰੀ ਨਕਮ ਆ ਜਿਹੜੀ ਸਾਡੇ ਕੋਲ ਸਿੰਪਲ ਨੰਬਰ ਉਹ ਮੈਂ ਇੱਕ ਸਾਈਡ ਲੈ ਜਾਣੇ ਆ 100 ਇਧਰ ਮਾਈਨਸ ਦਾ ਸੀ ਦੂਜੇ ਜਾ ਕੇ ਕੀ ਹੋ ਗਿਆ ਪਲੱਸ ਦਾ ਹੋ ਗਿਆ ਹੁਣ ਪੰਜਾਂ ਚੋਜ ਇੱਕ ਗਿਆ ਇੱਥੇ 1x ਨਾ ਪੰਜਾਂ ਚੋ ਇੱਕ ਗਿਆ 4x 4x ਬਰਾਬਰ ਹੈ 100 ਦੇ ਜੇ ਬਰਾਬਰ ਹੈ 100 ਦੇ 4x ਕਿੰਨਾ ਵਾ ਬਰਾਬਰ ਆ ਗਿਆ 100 ਦੇ ਤਾਂ x ਬਰਾਬਰ ਕੀ ਹੋਊਗਾ 100 ਇਧਰ 4 ਗੁਣਾ ਹੋ ਰਿਹਾ ਵਾ x ਦੇ ਨਾਲ ਤੇ ਪਿੱਤਰਾ ਕਿ ਵਟਾ ਹੋ ਜਾਊਗਾ 1 ਚੋਕਾ ਚੋਕਾ 25 ਪੰਜਾ 25 ਚੋਕਾ 100 ਕਿੰਨਾ ਹੁੰਦਾ 25 ਚੋਕਾ 100 ਤਾਂ ਇੱਥੇ ਆ ਗਿਆ ਤੁਹਾਡੇ ਕੋਲ 25 ਯਾਨੀ ਕਿ ਵੱਡੀ ਸੰਖਿਆ ਕਿੰਨੀ ਆ 25 ਆ ਤਾਂ ਇਹਦਾ ਮਤਲਬ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ 3rd ਦੋ ਸੰਖਿਆਵਾਂ ਮਾ ਤੀਜੇ ਨੰਬਰ ਤੋਂ ਕਰਮਬਾਰ 25% ਅਤੇ 20% ਘਟਾ ਇਨੂੰ ਅਸੀਂ ਕਰਾਂਗੇ ਸ਼ਾਰਟ ਟ੍ਰਿਕ ਨਾਲ ਪਹਿਲੀ ਸੰਖਿਆ ਦੂਜੀ ਸੰਖਿਆ ਦਾ ਕਿੰਨੇ ਪ੍ਰਤੀਸ਼ਤ ਆ ਤਾਂ ਹਾਂਜੀ ਦੋ ਸੰਖਿਆਵਾਂ ਮਾ ਤੀਜੇ ਨੰਬਰ ਤੋਂ ਕਿੰਨੀ ਘਟਾ ਸੋ 25% ਤੇ 20% ਘਟਾ ਕਰੰਬਾਰ ਘਟਾ ਠੀਕ ਹੈ ਹੁਣ ਤੀਜਾ ਨੰਬਰ ਸਾਨੂੰ ਨਹੀਂ ਪਤਾ ਕੀ ਆ ਤਾਂ ਮੈਂ ਆਪਣੇ ਕੋਲੋਂ ਮੰਨ ਲੈਣਾ 100 ਕਿਉਂਕਿ ਟੋਟਲ ਪਰਸੈਂਟੇਜ ਕਿੰਨੀ ਹੁੰਦੀ ਆ 100 ਹੁਣ ਉਹ ਕਹਿੰਦਾ ਪਹਿਲੀ ਸੰਖਿਆ ਕੀ ਆ ਪਹਿਲੀ ਸੰਖਿਆ ਤੀਜੇ ਨੰਬਰ ਤੋਂ ਤੀਜੇ ਨੰਬਰ ਤੋਂ ਘਟਾਣਾ ਦੋ ਸੰਖਿਆਵਾਂ ਆ ਤੀਜੇ ਨੰਬਰ ਤੋਂ ਪਹਿਨ ਦੋ ਸੰਖਿਆਵਾਂ ਮੈਂ ਇਹ ਪਹਿਲੀ ਅਸੀਂ ਲੈ ਲਈ 100 ਠੀਕ ਹੈ 100 ਮਾਈਨਸ ਇੱਕ ਮਿੰਟ ਹਾਂਜੀ 100 -100 25% ਪਹਿਲਾ ਸਟੈਪ ਉਹਨੇ ਇਹੀ ਕੀਤਾ ਬਾਅਦੋਂ ਅਸੀਂ ਦੂਸਰੇ ਦੀ ਗੱਲ ਕਰਾਂਗੇ 20% ਦੀ ਪਹਿਲਾਂ ਤਾਂ ਉਹਨੇ ਇਹੀ ਕਿਹਾ ਨਾ ਕਿ ਦੋ ਸੰਖਿਆਵਾਂ ਮਾ ਤੀਜੇ ਨੰਬਰ ਤੋਂ ਤੀਜਾ ਨੰਬਰ ਮੈਂ ਮੰਨ ਲਿਆ 100 ਆ ਕਰਮਬਾਰ 25% ਘਟਾ ਪਹਿਲਾਂ ਤਾਂ ਅਸੀਂ 25 ਲੈ ਲਈ ਹੁਣ ਦੇਖੋ 25% ਦਾ ਮਤਲਬ ਕੀ ਹੈ ਇੱਥੇ ਕੀ ਹੈ ਪ੍ਰਤੀਸ਼ਤ ਹਟਾ ਕੇ ਵਟਾ ਕੇ ਲਾ ਦੇਣਾ 100 ਆਹ 100 ਇੱਧਰ ਮੜਨਾ ਡਿਵਾਈਡ ਹੋ ਰਿਹਾ ਤੇ ਇੱਧਰ ਗੁਣਾ ਹੋ ਰਿਹਾ 100 ਨਾਲ 100 ਕੈਨਸਲ ਤੇ ਪਰਸੈਂਟੇਜ ਤਾਂ ਇੱਥੋਂ ਹਟਾ ਦਿੱਤੇ ਇੱਥੇ ਕੀ ਰਹਿ ਗਿਆ 100 ਮਾਈਨਸ 25 ਤਾਂ ਸੰਖਿਆ ਕਿੰਨੀ ਆ ਗਈ ਤੁਹਾਡੇ ਕੋਲੇ ਪਹਿਲੀ ਸੰਖਿਆ ਨਿਕਲ ਕੇ ਆ ਗਈ 75 ਠੀਕ ਹੈ ਹੁਣ ਅਸੀਂ ਦੂਜੀ ਸੰਖਿਆ ਦੀ ਗੱਲ ਕਰ ਲਏ ਨੇ ਦੂਜੀ ਸੰਖਿਆ ਵੀ ਉਹਨੇ ਕੱਟ ਕਿਹਾ ਸੀਗਾ ਨਾ ਦੂਜੇ ਨੰਬਰ ਤੋਂ 20% ਕੱਟਾ ਤਾਂ ਅਸੀਂ 20% ਲੈ ਲਿਆ। ਪ੍ਰਤੀਸ਼ਾਤੀ ਜਗ੍ਹਾ ਤੇ ਮੈਂ 100 ਲਾਤਾ। 100 ਇਹਦੇ ਨਾਲ ਇੱਧਰ ਮਲਟੀਪਲਾਈ ਹੋ ਰਿਹਾ ਇੱਧਰ ਡਿਵਾਈਡ ਤੇ ਗੁਣਾ ਹੋ ਕੇ ਕੀ ਹੋ ਗਿਆ? ਕੱਟ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡੇ ਕੋਲੇ 100 ਚੋਂ 20 ਕੱਢੇ ਦੂਜੀ ਸੰਖਿਆ ਆ ਗਈ 100 ਚੋਂ 20 ਕੱਢੇ ਜਦੋਂ ਤੁਸੀਂ 80। ਦੂਜੀ ਸੰਖਿਆ ਆ ਗਈ 80। ਤੀਜੀ ਸੰਖਿਆ ਮੈਂ ਲਈ ਹੋਈ ਐ 100। ਹੁਣ ਦੇਖੋ ਕਰਮਬਾਰ ਆ ਗਈ ਨਾ ਤੁਹਾਡੇ ਕੋਲੇ 75, 80 ਅਤੇ ਤੀਜੀ ਨੂੰ ਮੈਂ 100 ਮੰਨ ਕੇ ਚੱਲੀ ਸੀ। ਇਹ ਹੋ ਗਈਆਂ ਤੁਹਾਡੇ ਕੋਲੇ ਸੰਖਿਆਵਾਂ। ਹੁਣ ਕੀ ਕਿਹਾ ਮੈਂ ਉਹਨਾਂ ਨੇ ਕੱਢਣ ਲਈ ਕੀ ਕਿਹਾ ਵਾ ਦੂਜੀ ਸੰਖਿਆ ਦਾ ਕਿੰਨਾ ਪ੍ਰਤੀਸ਼ਤ ਹੈ ਪਹਿਲੀ ਸੰਖਿਆ ਪਹਿਲੀ ਸੰਖਿਆ ਦੂਜੀ ਸੰਖਿਆ ਦਾ ਕਿੰਨੇ ਪ੍ਰਤੀਸ਼ਤ ਹੁਣ ਪਹਿਲੀ ਸੰਖਿਆ ਦੀ ਕੱਢਣੀ ਹੈ ਨਾ ਅਸੀਂ ਪਹਿਲੀ ਸੰਖਿਆ ਪਹਿਲੀ ਸੰਖਿਆ ਕਿੰਨੀ ਆ 75 ਉਹਨੂੰ ਫਿਰ ਅਸੀਂ ਉੱਪਰ ਲਿਖਾਂਗੇ ਤੇ ਕਿਹੜੀ ਸੰਖਿਆ ਦਾ ਦੇਖ ਰਹੇ ਹਾਂ ਦੂਜੀ ਸੰਖਿਆ ਦਾ ਤਾਂ ਉਹਨੂੰ ਅਸੀਂ ਹੇਠਾਂ ਲਿਖਾਂਗੇ ਪਰਸੈਂਟੇਜ ਕੱਢਣ ਲਈ ਗੁਣਾ ਕਰਦੇ ਹਾਂ ਅਸੀਂ 100 ਨਾਲ ਤਾਂ ਉਹ ਮੈਂ ਕਰ ਦਿੱਤਾ ਹੁਣ ਇੱਥੇ ਤੁਸੀਂ ਕੀ ਕੀਤਾ ਜ਼ੀਰੋ ਨਾਲ ਜ਼ੀਰੋ ਕੈਨਸਲ ਕਰ ਦਿੱਤੀ ਠੀਕ ਹੈ ਫਿਰ ਤੁਸੀਂ ਦੇਖੋਗੇ ਇਹ 2 ਦੇ ਭਾੜੇ 'ਚ 10 ਵੀ ਆਉਂਦਾ ਤੇ 8 ਵੀ ਆਉਂਦਾ 5 ਤੇ ਆਉਂਦਾ ਵਾ 10 ਤੇ 8 ਤੇ ਆਉਂਦਾ ਵਾ 4 4 ਤੇ ਆਉਂਦਾ ਵਾ 8 ਠੀਕ ਹੈ ਫਿਰ ਉਸ ਤੋਂ ਬਾਅਦ ਦੇਖੋ ਹੁਣ ਇਸ ਤੋਂ ਬਾਅਦ ਨਹੀਂ ਕੱਟੇ ਜਾਂਦੇ ਤਾਂ ਤੁਸੀਂ ਕੀ ਕਰਨਾ ਹੈ 75 ਨੂੰ 5 ਨਾਲ ਗੁਣਾ ਕਰਕੇ 4 ਨਾਲ ਜਦੋਂ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲੇ 93.75% ਤੁਹਾਡਾ ਆਨਸਰ ਬਣੇਗਾ 댓 ਮੀਨਸ অপਸ਼ਨ ਨੰਬਰ ਡੀ ਤੁਹਾਡੇ ਕੋਲੇ ਰਾਈਟ ਆਨਸਰ ਹੋਵੇਗੀ ਠੀਕ ਹੈ ਕਰਕੇ ਵੀ ਦੇਖ ਲੈਣਾ ਨੈਕਸਟ ਕੁਐਸਚਨ ਹੈ ਜੀ ਕਿਸੇ ਸੰਖਿਆ ਨੂੰ 5/3 ਨਾਲ ਗੁਣਾ ਕਰਨ ਦੀ ਬਜਾਏ ਬਾਏ ਮਿਸਟੇਕ ਹੋ ਰਿਹਾ ਇਹ ਠੀਕ ਹੈ ਕੁਐਸਚਨ ਦੇ ਵਿੱਚ ਦੇਖੋ ਤੁਸੀਂ ਕਿਸੇ ਸੰਖਿਆ ਨੂੰ 5/3 ਨਾਲ ਗੁਣਾ ਕਰਨ ਦੀ ਬਜਾਏ 3/5 ਨਾਲ ਗੁਣਾ ਕਰ ਦਿੱਤਾ ਜਾਂਦਾ। ਕਰਨੀ ਸੀ ਗੁਣਾ ਉਹਨਾਂ ਨੇ 5/3 ਦੇ ਨਾਲ ਬਟ ਭਲੇਖੇ ਦੇ ਨਾਲ ਉਹਨਾਂ ਤੋਂ 3/5 ਦੇ ਨਾਲ ਗੁਣਾ ਹੋ ਜਾਂਦਾ ਵਾ। ਤੇ ਗਣਨਾ ਵਿੱਚ ਪ੍ਰਤੀਸ਼ਤ ਗਲਤੀ ਲੱਭਣੀ ਆ ਸੀ ਵੀ ਕਿੰਨੇ ਪ੍ਰਤੀਸ਼ਤ ਕਿੰਨੀ ਗਲਤੀ ਹੋਈ ਆ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕਿ ਮੰਨ ਲਿਆ ਜਿਹੜੀ ਸੰਖਿਆ ਵਾ ਜਿਹੜੀ ਗਲਤੀ ਆ ਉਹ ਕੀ ਹੈ a ਆ। ਕਿੰਨੀ ਗਲਤੀ ਹੋਈ ਆ ਸਾਡੇ ਤੋਂ a ਗਲਤੀ ਹੋ ਗਈ ਆ। ਹੁਣ ਅਸੀਂ ਗੁਣਾ ਕਿੰਦੇ ਨਾ ਕਰਨੀ ਸੀਗੀ ਗੁਣਾ ਕਰਨੀ ਸੀਗੀ 5/3 ਨਾਲ ਸਹੀ ਰੰਗ ਨਾਲ ਕਰਨੀ ਸੀ ਨਾ ਤਾਂ ਪਹਿਲਾਂ ਅਸੀਂ ਗੁਣਾ ਕੱਟ ਕੇ ਦੇਖ ਲੈਨੇ ਆ 5/3 ਨਾਲ ਜਦੋਂ ਮੈਂ ਗੁਣਾ ਕੀਤੀ ਤਾਂ ਇਹ ਮੇਰੇ ਕੋਲੇ ਕੀ ਬਣ ਗਿਆ 5a/3 ਰਾਈਟ ਇਹਨੂੰ ਤਾਂ ਅਸੀਂ ਇਦਾਂ ਲਿਖ ਲਿਆ ਫਿਰ ਹੁਣ ਜਿਹੜੀ ਸਥਿਤੀ ਦੇ ਵਿੱਚ ਅਸੀਂ ਚੱਲ ਰਹੇ ਹਾਂ ਮਤਲਬ ਅਸੀਂ ਬਾਈ ਬਾਈ ਮਿਸਟੇਕ ਸਾਡੇ ਤੋਂ ਹੀ ਹੋਇਆ ਅਸੀਂ ਉਹ ਮਿਸਟੇਕ ਵਾਲਾ ਵੀ ਦੇਖ ਲੈਨੇ ਆ ਬਾਈ ਮਿਸਟੇਕ ਸਾਡੇ ਤੋਂ ਗੁਣਾ ਹੋ ਗਈ 3/5 ਨਾਲ ਤਾਂ ਇਹ ਕੀ ਬਣ ਗਿਆ 3a/5 ਠੀਕ ਹੈ ਇਸ ਤਰ੍ਹਾਂ ਬਣ ਗਿਆ ਹੁਣ ਦੇਖੋ ਹੁਣ ਅਸੀਂ ਕੀ ਲੱਭਣੀ ਹੈ ਗਲਤੀ ਲੱਭਣੀ ਹੈ ਵੀ ਕੀ ਹੋਈ ਆ ਹੁਣ ਗਲਤੀ ਕਿੰਨੇ ਕ ਪ੍ਰਤੀਸ਼ਤ ਦੀ ਹੋਈ ਆ ਉਹ ਦੇਖਣ ਦੇ ਲਈ ਮੈਨੂੰ ਕੀ ਕਰਨਾ ਪੈਣਾ ਇਹਦੇ ਚੋ ਮਾਈਨਸ ਹੀ ਕਰਨਾ ਪੈਣਾ ਕਿਉਂ ਕਿਉਂਕਿ ਇਹ ਰਕਮ ਆ ਜਿਹੜੀ ਵੱਡੀ ਆ 5a ਵਾਲੀ 5a ਵੱਡੀ ਆ ਨਾ ਵੱਡੀ ਕਰਕੇ ਇਹਦਾ ਫਿਰ ਮੈਂ ਅੰਤਰ ਚੈੱਕ ਕਰੂੰਗੀ ਵੀ ਕਿੰਨਾ ਕ ਘਟ ਬਣ ਰਿਹਾ ਵਾ ਫਿਰ ਉਹਦਾ ਹਸਾਮ ਨਾਲ ਅਸੀਂ ਪ੍ਰਤੀਸ਼ਤ ਕੱਢ ਲਵਾਂਗੇ ਤਾਂ ਇਹਦੇ ਲਈ ਜਦੋਂ ਮੈਂ ਅੰਤਰ ਚੈੱਕ ਕੀਤਾ ਪਹਿਲੀ ਕੀ ਆ 5a 3 ਇਹ ਤਾਂ ਸਾਡਾ ਸਹੀ ਆ ਗਲਤ ਇੰਨਾ ਹੋਇਆ ਵਾ ਇਹ ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਹੁਣ ਪੰਜਾਂ ਚੋਂ ਤਿੰਨ ਕੱਢਣ ਦੇ ਲਈ ਮੈਨੂੰ ਇੱਥੇ ਕੀ ਕਰਨਾ ਪੈਣਾ ਪਹਿਲਾਂ ਡਿਨੋਮੀਨੇਟਰ ਚੈੱਕ ਕਰਨੇ ਪੈਣੇ ਕਿ ਸੇਮ ਆ ਡਿਨੋਮੀਨੇਟਰ ਤਾਂ ਹੁਣ ਇੱਥੇ ਸੇਮ ਨਹੀਂ ਕਿ ਇੱਥੇ ਤਿੰਨ ਹੈ ਦੇ ਹੇਠਾਂ ਪੰਜ ਆ ਤਾਂ ਅਸੀਂ ਕੀ ਕੀਤਾ ਇਹਨੂੰ ਸੇਮ ਕਰਨ ਦੇ ਲਈ ਮੈਂ ਗੁਣਾ ਕਰਕੇ ਲਿਖ ਲਿਆ 3 5 15 ਹੁਣ ਇੱਥੇ ਵੀ ਮੈਂ 15 ਬਣਾਉਣਾ ਵਾ 15 ਬਣਾਉਣ ਲਈ ਮੈਨੂੰ ਪੰਜ ਨਾਲ ਗੁਣਾ ਕਰਨੀ ਪੈਣੀ ਆ ਜਿਵੇਂ ਪੰਜ ਨਾਲ ਹੇਠਾਂ ਕੀਤੀ ਆ ਤਾਂ ਪੰਜ ਨਾਲ ਉੱਪਰ ਵੀ ਕਰਨੀ ਪੈਣੀ ਆ ਇੱਥੇ ਕਿੰਨਾ ਬਣ ਗਿਆ ਮੇਰੇ ਕੋਲੇ 25 ਏ ਠੀਕ ਹੈ ਸੇਮ ਇਦਾਂ ਹੀ ਮੈਂ ਇੱਥੇ ਵੀ 15 ਬਣਾਉਣਾ ਇੱਥੇ ਮੈਨੂੰ 3 ਨਾਲ ਕਰਨੀ ਪੈਣੀ ਜੇ 3 ਨਾਲ ਹੀੜਾਂਗੇ ਤੇ 3 ਨਾਲ ਉੱਪਰ ਵੀ ਕਰਨੀ ਪੈਣੀ ਮਾਈਨਸ ਤੇ 9 ਏ 25 ਚੋਂ ਹੁਣ 9 ਗਏ 16 16 ਏ 15 ਠੀਕ ਹੈ ਇਹੀ ਤਾਂ ਬਚਿਆ ਮੇਰੇ ਕੋਲੇ 16 ਏ 15 ਹੁਣ ਦੇਖੋ ਇਹ ਤਾਂ ਸਾਡੇ ਕੋਲੇ ਕੀ ਆ ਗਈ ਕਿ ਜਿਹੜੀ ਗਲਤੀ ਹੋਈ ਆ ਉਹਨਾਂ ਦੇ ਵਿੱਚਲਾ ਅੰਤਰ ਆ ਗਿਆ ਇੰਨੀ ਰਕਮ ਘਟਾ ਪ੍ਰਤੀਸ਼ਤ ਨਾਲੋਂ ਠੀਕ ਹੈ ਜਿਹੜਾ ਮੇਨ ਸਾਡੀ ਗਲਤੀ ਆ ਉਹ ਇੰਨੀ ਘਟ ਗਈ ਉਹਦੇ ਨਾਲੋਂ ਜੋ ਇੰਨੀ ਘਟ ਗਈ ਤਾਂ ਜਿਹਦੇ ਨਾਲ ਅਸੀਂ ਗਲਤੀ ਕੀਤੀ ਆ ਉਹ ਰਕਮ ਨਾਲ ਅਸੀਂ ਕੀ ਕਰਾਂਗੇ ਗੁਣਾ ਕਰਾਂਗੇ 3 ਵਟਾ ਉਹਦੇ ਉਲਟ ਨਾਲ ਜੇਕਰ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਪ੍ਰਤੀਸ਼ਤ ਗਲਤੀ ਕੱਢਣੀ ਆ ਗਲਤੀ ਲੱਭਣ ਦੇ ਲਈ ਵੀ ਕਿੰਨੇ ਪ੍ਰਤੀਸ਼ਤ ਗਲਤੀ ਹੋ ਚੁੱਕੀ ਆ ਤਾਂ ਮੇਨ ਸਾਡੇ ਕੋਲੇ ਕਿੰਨਾ ਆਇਆ 16a ਠੀਕ ਹੈ ਵਟਾ 15 ਤੇ ਇਹਦੇ ਸਾਰੇ ਦੇ ਡਿਵਾਈਡ ਅਸੀਂ ਉਹਦੇ ਨਾਲ ਡਿਵਾਈਡ ਕਰ ਦੇਣਾ ਵਾ ਜਿਹੜੀ ਸਹੀ ਆ ਸਹੀ ਕਿਹੜੀ ਆ 5a/3 ਇਹੀ ਬਣੀ ਸੀ ਸਹੀ ਠੀਕ ਹੈ ਇਹੀ ਬਣੀ ਸੀ ਤਾਂ ਇਹਦੇ ਲਈ ਤੁਸੀਂ ਕੀ ਕਰੋਗੇ ਹੁਣ ਇਹ ਤੁਹਾਨੂੰ ਮੈਂ ਪਹਿਲਾਂ ਵੀ ਸਿਖਾਇਆ ਹੋਇਆ ਵਾ ਫ੍ਰੈਕਸ਼ਨ ਦੇ ਵਿੱਚ ਕਿ ਉੱਪਰ ਵਾਲਾ ਨੰਬਰ ਉੱਪਰ ਵੇਹਟ ਸਭ ਤੋਂ ਵਾਲੇ ਨਾਲ ਗੁਣਾ ਕਰਕੇ ਉੱਪਰ ਲਿਖ ਦੋ ਜਿਵੇਂ 16 3 ਇੱਥੇ ਤੁਹਾਡੇ ਕੋਲ ਬਣ ਜਾਊਗਾ 16a 15 3 ਉੱਪਰ ਤੇ ਵਿੱਚ ਘਾਰ ਵਾਲੇ ਨੰਬਰ ਦੋਨਾਂ ਨੂੰ ਮਲਟੀਪਲਾਈ ਕਰਕੇ ਲਿਖ ਦੋ a ਨਾਲ a ਕੈਨਸਲ 1 3 3 5 3 15 ਤੁਹਾਡੇ ਕੋਲ ਇੱਥੇ ਬਣ ਗਿਆ 16 25 ਠੀਕ ਹੈ 16/25 ਤਾਂ ਬਣ ਗਿਆ ਹੁਣ 16/25 ਬਣ ਗਿਆ ਬਟ ਅਸੀਂ ਤਾਂ ਪਰਸੈਂਟੇਜ ਕੱਢਣੀ ਆ ਪ੍ਰਤੀਸ਼ਤ ਚ ਕੱਢਣਾ ਵਾ ਤਾਂ ਗੁਣਾ ਕਰਦੇ ਹਾਂ 100 ਨਾਲ ਪ੍ਰਤੀਸ਼ਤ ਕੱਢਣੀ 25 1 25 25 4 100 16 4 64 ਮਤਲਬ 64% ਦੀ ਗਲਤੀ ਹੋਈ ਸੀ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਆ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਹੀ ਠੀਕ ਹੈ ਤੁਹਾਨੂੰ ਔਖੇ ਜ਼ਰੂਰ ਲੱਗਦੇ ਹੋਣਗੇ ਕਿਉਂਕਿ ਥੋੜੇ ਜਿਹਾ ਹਾਈ ਲੈਵਲ ਦੇ ਆ ਜੇਕਰ ਤੁਸੀਂ ਇੱਕ ਬਿਲਕੁਲ ਈਜ਼ੀ ਕੁਐਸਚਨ ਕਰਨਾ ਚਾਹੁੰਦੇ ਹੋ ਤਾਂ ਈਜ਼ੀ ਤਾਂ ਮੈਂ ਪਹਿਲਾਂ ਵੀ ਕਰਵਾ ਦਿੱਤੇ ਆ बार-बार ਉਹ ਕਰਨ ਦੀ ਕੋਈ ਮਤਲਬ ਕਿ ਕੋਈ ਲੇਅਰ ਨਹੀਂ ਬਣੇਗੀ ਠੀਕ ਹੈ ਇਸ ਕਰਕੇ ਥੋੜਾ ਜਿਹਾ ਟਫ ਲੈਵਲ ਲਿਆ ਵਜੇਕਰ ਤੁਸੀਂ ਈਜ਼ੀ ਤੇ ਸ਼ਾਰਟ ਟ੍ਰਿਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਹਿਲੀ ਵੀਡੀਓ ਇੱਕ ਤੋਂ ਕਰ ਸਕਦੇ ਹੋ ਹਾਂਜੀ ਤਾਂ ਨੈਕਸਟ ਕੁਐਸਚਨ ਆ ਸਾਡੇ ਕੋਲੇ ਐਕਸ ਦੇ ਆਮ x ਦੀ ਆਮਦਨ y ਦੇ ਮੁਕਾਬਲੇ ਵੀ ਪ੍ਰਤੀਸ਼ਤ ਵਧਦਾ y ਦੀ ਆਮਦਨ ਨੂੰ x ਦੀ ਆਮਦਨ ਤੋਂ ਕਿੰਨੇ ਪ੍ਰਤੀਸ਼ਤ ਘੱਟ ਹੈ ਸਭ ਤੋਂ ਪਹਿਲਾਂ ਦੇਖੋ ਅਸੀਂ ਕੀ ਆ ਹੁਣ ਦੇਖੋ ਅਸੀਂ ਕੀ ਕੱਢਣਾ y ਦੀ ਆਮਦਨ ਕੱਢਣੀ ਆ y ਦੀ ਆਮਦਨ ਦੇਖਣੀ ਆ ਵੀ x ਦੀ ਆਮਦਨ ਤੋਂ ਕਿੰਨੇ ਪ੍ਰਤੀਸ਼ਤ ਕੀ ਆ ਘੱਟ ਆ ਤੇ ਇਸ ਕੁਐਸਚਨ ਦਾ ਆਨਸਰ ਦੇ ਲਈ ਤੁਸੀਂ ਦੇਖੋ y ਦੀ ਹੁਣ ਦੇਖੋ x ਦੀ ਆਮਦਨ 20% ਵਧਦਾ ਅਸੀਂ ਮੰਨ ਲੈਂਦੇ ਆ ਕਿ y ਦੀ ਆਮਦਨ ਪੂਰੀ 100% ਹੀ ਹੈ ਕਿਉਂਕਿ ਟੋਟਲ ਪਰਸੈਂਟੇਜ ਸਾਡੇ ਕੋਲ 100 ਹੁੰਦੇ ਆ ਅਸੀਂ ਮੰਨ ਲੀ ਕਿ ਪੂਰੀ ਦੀ ਪੂਰੀ 100% ਹੀ ਆ ਟੈਕਸ ਦੀ ਕਿੰਨੀ ਆ ਉਹ ਤੋਂ 20% ਵੱਧ ਦਾ ਟੈਕਸ ਦੀ 120% ਹੋਊਗੀ ਹੁਣ ਅਸੀਂ ਕੀ ਕੱਢਣੀ ਆ Y ਦੀ ਆਮਦਨ ਦੀ ਪਰਸੈਂਟੇਜ ਕੱਢਣੀ ਆ Y ਦੀ ਆਮਦਨ ਦੀ ਪਰਸੈਂਟੇਜ ਕੱਢਣੀ ਆ ਤਾਂ Y ਦੇ ਲਈ ਅਸੀਂ ਕੀ ਕਰਾਂਗੇ ਉੱਪਰ Y ਆ ਗਿਆ ਟੋਟਲ ਨੰਬਰ ਅਸੀਂ ਇੱਥੇ ਰੱਖਦੇ ਹੁੰਨੇ ਆ 120 ਤੇ ਗੁਣਾ ਕਿਹਦੇ ਨਾਲ ਕਰਦੇ ਹੁੰਨੇ ਆ 100 ਦੇ ਨਾਲ ਹੀ ਗੁਣਾ ਕਰਦੇ ਹੁੰਨੇ ਆ ਕਿਹਦੇ ਨਾਲ 100 ਦੇ ਨਾਲ ਹੁਣ ਇੱਥੇ ਤੁਸੀਂ ਗੁਣਾ ਕਿਹਦੇ ਨਾਲ ਕਰਨੀ ਆ 20 ਦੇ ਨਾਲ ਕਰਨੀ ਆ ਕਿਉਂ 20 ਦੇ ਨਾਲ ਕਰਨੀ ਆ ਕਿਉਂਕਿ X ਦੀ ਆਮਦਨ ਕਿੰਨੀ ਆ Y ਤੋਂ 22 ਦੇ ਮੁਕਾਬਲੇ 20% ਵਾਧਾ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹੁਣ ਇਹ ਜ਼ੀਰੋ ਨਾਲ ਇੱਕ ਜ਼ੀਰੋ ਕੈਨਸਲ ਹੋ ਗਈ ਠੀਕ ਹੈ 1 2 2 6 2 12 ਫਿਰ ਦੇਖੋ ਤੁਸੀਂ ਇਹਨੂੰ ਵੀ ਕੱਟਣਾ ਵਾ ਇੱਥੇ ਜਦੋਂ ਅਸੀਂ ਕਟਾਂਗੇ ਇੱਥੇ ਆ ਗਿਆ 50 ਤੇ ਇੱਥੇ ਆ ਗਿਆ 3 50 3 ਕਰੋਗੇ ਕਰਕੇ ਦੇਖ ਲੈਣਾ ਹੁਣ ਤੁਸੀਂ 50 3 ਹੁਣ ਦੇਖੋ ਇੱਥੇ ਆਪਸ਼ਨਸ ਤੁਹਾਡੇ ਕੋਲ ਗਲਤ ਐਡ ਹੋਈਆਂ ਹੋਈਆਂ ਨੇ 50 3 ਨੂੰ ਉਹਨਾਂ ਨੇ ਮੈਂ ਆਪਸ਼ਨ ਦੇਖ ਰਹੀਆਂ ਕਿ ਇੱਥੇ ਸਹੀ ਦੇ ਵਿੱਚ ਕੱਢਿਆ ਹੋਇਆ ਵਾ ਜਾਣੀ ਕਿ ਮਿਕਸ ਫ੍ਰੈਕਸ਼ਨ ਦੇ ਵਿੱਚ ਕੱਢਿਆ ਹੋਇਆ ਤਾਂ ਮਿਕਸ ਫ੍ਰੈਕਸ਼ਨ ਮੈਂ ਤੁਹਾਨੂੰ ਕੱਢਣੀ ਸਿਖਾਈ ਹੋਈ ਆ ਕਿ ਤਿੰਨ ਨਾਲ ਤੁਸੀਂ ਡਿਵਾਈਡ ਕਰਨਾ ਵਾ 50 ਅੰਦਰ ਰੱਖਣਾ ਵਾ 1 3 3 ਉੱਪਰ ਇੱਥੇ ਰਹਿ ਗਿਆ 2 ਠੀਕੇ ਪੂਰਾ ਡਿਵਾਈਡ ਕਰ ਦੇਣਾ 8 6 3 18 6 3 18 ਤਾਂ ਹੇਠਾਂ ਰਹਿ ਗਿਆ 2 ਜਿਹੜਾ ਨੰਬਰ ਸਾਡੇ ਕੋਲ ਬਾਕੀ ਬਚਦਾ ਹੁੰਦਾ ਨਾ ਉਹਨੂੰ ਤੁਸੀਂ ਲਿਖਣਾ ਹੁੰਦਾ ਉੱਪਰ ਜਿਹੜੇ ਨੰਬਰਾਂ ਤੁਸੀਂ ਡਿਵਾਈਡ ਕਰ ਰਹੇ ਹੋ ਡਿਵਾਈਜ਼ਰ ਤਾਂ ਸੇਮ ਹੀ ਰਹਿੰਦਾ ਪਰ ਜੋ ਤੁਹਾਡਾ ਆਨਸਰ ਆਉਣਾ ਤੁਸੀਂ ਸਾਈਡ ਤੇ ਲਿਖ ਦੇਣਾ ਹੁਣ ਦੇਖੋ ਵੰਡ ਰਿਹਾ ਨਾ 16 3 ਆ ਇਹਨੂੰ ਜਦੋਂ ਗੁਣਾ ਕਰਦੇ ਹੋ 16 3 4 2 ਕਿਤੇ 50 50 3 ਬਣ ਰਿਹਾ ਨਾ ਮਤਲਬ ਅਸੀਂ ਸਾਡੀ ਆਪਸ਼ਨ ਇਹੀ ਸਹੀ ਆ ਤੇ ਇਹ ਆਪਸ਼ਨ ਇੱਥੇ ਐਡ ਨਹੀਂ ਹੋਏਗੀ ਇਸ ਲਈ ਇੱਥੇ ਇਸ ਤਰ੍ਹਾਂ ਲਿਖਣਾ ਸੀਗਾ ਠੀਕ ਹੈ ਇੱਥੇ ਤੁਹਾਡੀ ਆਪਸ਼ਨ ਡੀ ਆਨਸਰ ਰਾਈਟ ਹੋਵੇਗੀ ਨੈਕਸਟ ਕੁਐਸਚਨ ਹੈ ਜੀ ਇੱਕ ਕਾਲਜ ਵਿੱਚ ਲੜਕੇ ਅਤੇ ਲੜਕੀਆਂ ਦੀ ਗਿਣਤੀ 3:2 ਦੇ ਅਨੁਪਾਤ ਵਿੱਚ ਆ ਜੇਕਰ b ਪ੍ਰਤੀਸ਼ਤ ਲੜਕੇ ਅਤੇ 25% ਲੜਕੀਆਂ ਬਾਲਗ ਹਨ ਤਾਂ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਹਾਂਜੀ ਤਾਂ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਬਾਲਗ ਨਹੀਂ ਹਨ ਹਾਂਜੀ ਇੱਕ ਕਾਲਜ ਦੀ ਗੱਲ ਕਰ ਰਹੇ ਹਾਂ ਅਸੀਂ ਕਾਲਜ ਦੀ ਗਿਣਤੀ ਦਿੱਤੀ ਹੋਈ ਅਨੁਪਾਤ ਦੇ ਵਿੱਚ ਮੁੰਡੇ ਤੇ ਕੁੜੀਆਂ ਦੀ ਇਹਦੇ ਕੋਰਸਪੋਂਡਿੰਗ ਮੁੰਡੇ ਕਿੰਨੇ ਹੋਣਗੇ 3x ਇਹਦੇ ਕੋਰਸਪੋਂਡਿੰਗ ਕੁੜੀਆਂ ਕਿੰਨੀਆਂ ਹੋਣਗੀਆਂ 2x ਇਕ ਤਾ ਸਾਡੇ ਕੋਲੇ ਟ੍ਰੈਡੀਟ ਟ੍ਰੈਡੀਸ਼ਨਲ ਰੂਲ ਆ ਠੀਕ ਹੈ ਅਸੀਂ ਇਹੀ ਫਾਲੋ ਕਰਕੇ ਦੇਖਦੇ ਆ ਪਹਿਲਾਂ ਤਾਂ ਮੰਨ ਲਿਆ ਕਿ ਮੁੰਡਿਆਂ ਦੀ ਗਿਣਤੀ ਕਿੰਨੀ ਆ 3x ਆ ਤੇ ਕੁੜੀਆਂ ਦੀ ਗਿਣਤੀ ਕਿੰਨੀ ਆ 2x ਆ ਜੇਕਰ 20% ਲੜਕੇ ਅਤੇ 25% ਲੜਕੀਆਂ ਬਾਲਗ ਹਨ ਠੀਕ ਹੈ 20% ਲੜਕੀਆਂ ਕਿੰਨੇ ਆ 20% ਲੜਕੇ ਅਤੇ 25% ਲੜਕੀਆਂ ਬਾਲਗ ਹਨ ਤਾਂ ਹੁਣ ਅਸੀਂ ਕੀ ਦੀ ਕੱਢਣੀ ਆ ਕਿ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਬਾਲਗ ਨਹੀਂ ਹਨ ਨਹੀਂ ਹਨ ਦੀ ਕੱਢਣੀ ਹੈ ਨਾ ਤੇ 20% ਲੜਕੇ ਆ 20% ਕਿ ਦਿੱਤੇ ਹੋਏ ਆ ਤੁਹਾਨੂੰ ਲੜਕੇ ਇਸ ਗੱਲ ਦਾ ਧਿਆਨ ਰੱਖ ਕੇ ਚੱਲੋ ਤਾਂ ਮਗਰ ਕਿੰਨੇ ਰਹਿ ਗਏ 100 ਟੋਟਲ ਪਰਸੈਂਟ ਸਾਡੇ ਕੋਲ ਕਿੰਨੀ ਹੁੰਦੀ 100 20ਾਂ ਚ 100ਾਂ ਚ ਅਸੀਂ 20 ਘਟਾ ਦੇ ਕਿਉਂਕਿ ਅਸੀਂ ਬਾਲਗ ਨਹੀਂ ਦੀ ਗੱਲ ਕਰ ਰਹੇ ਆ ਤਾਂ ਕਿੰਨੇ ਰਹਿ ਗਿਆ ਤੁਹਾਡੇ ਕੋਲ ਮਗਰ 80% ਰਹਿ ਗਿਆ ਹੁਣ ਇਹ 80% ਕਿਹਦਾ ਆ ਮੁੰਡਿਆਂ ਦਾ ਆ ਵਾ ਤਾਂ ਮੁੰਡਿਆਂ ਨੂੰ ਅਸੀਂ ਕੀ ਲਿਖਾਂਗੇ ਇੱਥੇ 3x ਆ ਮੁੰਡੇ ਸਾਡੇ ਕੋਲ ਕਿ ਮੁੰਡਿਆਂ ਦੀ ਗਿਣਤੀ ਠੀਕ ਹੈ ਤਾਂ ਕਿੰਨੇ ਗੁਣ ਕਰਤਾ ਗੁਣਾ ਕਰਤਾ ਸੀ 3x ਦੇ ਨਾਲ ਹੁਣ ਪਰਸੈਂਟੇਜ ਦਾ मीनिंग ਵੀ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਪ੍ਰਤੀਸ਼ਤ ਹਟਾਓ ਗੁਣਾ ਕਰੋ 1/100 ਨਾਲ 1 0 ਨਾਲ 1 0 ਕੈਨਸਲ ਇੱਥੇ ਕਿੰਨੇ ਆ ਗਿਆ ਤੁਹਾਡੇ ਕੋਲੇ 4 2 8 5 2 10 4/5 3 ਹੁਣ ਇਹ 4 ਇਹਦੇ ਨਾਲ ਗੁਣਾ ਹੋ ਰਿਹਾ ਇੱਥੇ ਕਿੰਨਾ ਬਣ ਗਿਆ 12x/5 ਤੁਹਾਡੇ ਕੋਲੇ ਕਿੰਨਾ ਬਣ ਗਿਆ 12x/5 ਇਹ ਹੋ ਗਈ ਲੜਕੇ ਜਿਹੜੇ ਨਾ ਬਾਲਗਾ ਹੁਣ ਅਸੀਂ ਗੱਲ ਕਰ ਲੈਂਦੇ ਆ ਲੜਕੀਆਂ ਦੀ ਹੁਣ ਲੜਕੀਆਂ ਕਿੰਨੀਆਂ ਆਵਾਂ 25% ਤਾਂ ਨਾਬਾਲਗ ਕਿੰਨੀਆਂ ਹੋਣਗੀਆਂ 100 ਚੋਂ 25 ਕੱਢੇ 75% ਕਿੰਨੀਆਂ ਹੋਣਗੀਆਂ 75% ਜੇ 75% ਤਾਂ ਹੋਣਗੀਆਂ ਤਾਂ 75% ਦੀ ਜਗ੍ਹਾ ਤੇ ਅਸੀਂ ਕੀ ਲਿਖਤਾ ਪ੍ਰਤੀਸ਼ਤ ਨੂੰ ਹਟਾਇਆ 100 ਕਰਤਾ ਕੁੜੀਆਂ ਦੀ ਸੰਖਿਆ ਮੈਥੋਂ ਦੱਸਿਆ ਸੀ ਤੁਹਾਨੂੰ ਕਿੰਨੀਆਂ 2x ਆ ਜੇ 2x ਆਣ ਦੇਖੋ 25 4 100 75 25 4 100 ਹੁਣ ਦੇਖੋ ਹੋਰ ਕੱਟ ਹੋ ਰਿਹਾ ਯਸ ਇੱਥੇ ਵੀ 1 2 2 2 4 ਤਾਂ ਇੱਥੇ ਤੁਹਾਡੇ ਕੋਲ ਕਿੰਨਾ ਬਣ ਗਿਆ ਤੁਹਾਡੇ ਕੋਲ ਆ ਗਿਆ ਇੱਥੇ 3x/2 ਆਹ ਤੁਹਾਡੇ ਕੋਲ ਮੁੰਡਿਆਂ ਦੀ ਸੰਖਿਆ ਆ ਗਈ ਨਵਾਲਗ ਦੀ ਤੇ ਆ ਤੁਹਾਡੇ ਕੋਲ ਕੁੜੀਆਂ ਦੀ ਸੰਖਿਆ ਆ ਗਈ ਹੁਣ ਅਸੀਂ ਕੀ ਗੱਲ ਕਰ ਰਹੇ ਹਾਂ ਪ੍ਰਤੀਸ਼ਤ ਦੀ ਅਸੀਂ ਪ੍ਰਤੀਸ਼ਤ ਕੱਢਣੀ ਆ ਪ੍ਰਤੀਸ਼ਤ ਕੱਢਣ ਦੇ ਲਈ ਪਹਿਲਾਂ ਅਸੀਂ ਟੋਟਲ ਸੰਖਿਆ ਦੇਖਾਂਗੇ ਕਿੰਨੀ ਬਣ ਰਹੀ ਹੈ ਸਾਡੇ ਕੋਲੇ ਠੀਕ ਹੈ ਤਾਂ ਟੋਟਲ ਸੰਖਿਆ ਦੇਖਣ ਦੇ ਲਈ ਅਸੀਂ ਕੀ ਕਰਾਂਗੇ ਇਹਨਾਂ ਨੂੰ ਪਲੱਸ ਕਰਾਂਗੇ ਠੀਕ ਹੈ ਜੀ ਟੋਟਲ ਸੰਖਿਆ ਦੇ ਲਈ ਅਸੀਂ ਕੀ ਕਰਾਂਗੇ ਪਲੱਸ ਕਰਾਂਗੇ ਜਦੋਂ ਮੈਂ ਪਲੱਸ ਕਰੂੰਗੀ 12x/5 ਨੂੰ ਪਲੱਸ 3x/2 ਦੇ ਨਾਲ ਤਾਂ ਸਭ ਤੋਂ ਪਹਿਲਾਂ ਦੇਖੋ ਡਿਨੋਮੀਨੇਟਰ ਸੇਮ ਨਹੀਂਗੇ ਡਿਨੋਮੀਨੇਟਰ ਸੇਮ ਕਰਨ ਦੇ ਲਈ ਮੈਂ ਇਹਨਾਂ ਨੂੰ ਗੁਣਾ ਕਰਕੇ ਲੇਖਤਾ 5 2 10 ਹੁਣ ਮੈਂ ਇੱਥੇ ਵੀ 10 ਬਣਾਉਣਾ 2 ਨਾਲ ਮਲਟੀਪਲਾਈ ਕਰੂੰਗੀ ਇੱਥੇ ਮੈਂ 10 ਬਣਾਉਣਾ 5 ਨਾਲ ਮਲਟੀਪਲਾਈ ਕਰਨੀ ਪੈਣੀ ਪਰ ਜੇਕਰ ਮੈਂ ਆਪਦੇ ਕੋਲੋਂ ਕਿਸੇ ਨੰਬਰ ਨਾਲ ਕਰ ਲਈ ਕਰ ਰਹੀ ਆ ਤਾਂ ਮੈਨੂੰ ਉੱਪਰ ਵੀ ਸੇਮ ਨੰਬਰ ਨਾਲ ਹੀ ਮਲਟੀਪਲਾਈ ਕਰਨੀ ਪੈਗੀ 2 ਨਾਲ 2 ਕੈਨਸਲ ਰਹਿ ਤਾਂ ਉਹੀ ਜਾਣਾ ਠੀਕ ਹੈ ਤਾਂ ਇੱਥੇ ਤੁਹਾਡੇ ਕੋਲੇ ਕਿੰਨਾ ਬਣ ਗਿਆ ਇਤੋਂ ਕਿ ਨਵਾਂ ਬਣ ਗਿਆ 12 ਦੁਣਾ 24x ਪਲੱਸ ਇਸ ਦਾ ਕਿੰਨਾ ਬਣ ਜਾਣਾ ਮੈਂ ਤੁਹਾਡੇ ਕੋਲੇ 3 ਮਤਲਬ 15x ਹੁਣ ਤੁਸੀਂ ਤੁਸੀਂ 15x ਐਡ ਕੀਤੇ ਠੀਕ ਹੈ 15x ਐਡ ਕੀਤੇ ਤਾਂ ਕਿੰਨਾ ਬਣ ਗਿਆ ਤੁਹਾਡੇ ਕੋਲੇ ਟੋਟਲ ਹਾਂਜੀ ਕਿੰਨਾ ਬਣ ਗਿਆ ਤੁਹਾਡੇ ਕੋਲੇ ਜਦੋਂ ਤੁਸੀਂ 15 ਐਡ ਕੀਤੇ ਤਾਂ 39 ਬਣ ਜਾਣਾ 39x ਠੀਕ ਹੈ ਇਹ ਹੋ ਗਿਆ ਤੁਹਾਡੇ ਕੋਲੇ 39x ਹੁਣ ਅਸੀਂ ਗੱਲ ਕਰ ਲੈਨੇ ਆ ਅੱਗੇ ਅਸੀਂ ਕਰਨੀਆਂ ਪ੍ਰਤੀਸ਼ਤ ਪ੍ਰਤੀਸ਼ਤ ਦੇ ਲਈ ਅਸੀਂ ਟੋਟਲ ਨੰਬਰ ਇੱਥੇ ਲਿਖਦੇ ਆ ਕੁੜੀਆਂ ਦੀ ਸੰਖਿਆ ਕਿੰਨੀ ਆ ਦੋ x ਮੁੰਡਿਆਂ ਦੀ ਕਿੰਨੀ ਆ 3x ਤਾਂ ਟੋਟਲ ਕਿੰਨੀ ਹੋਗੀ 5x ਠੀਕ ਹੈ ਤੇ ਜਿਹੜੀ ਅਸੀਂ ਕੱਢੀ ਆ ਉਹ ਕਿੰਨੀ ਆ 39/50 x ਨਾਲ ਹੋ ਰਿਹਾ ਵਾ ਠੀਕ ਹੈ ਇਸ ਗੱਲ ਨੂੰ ਤੁਸੀਂ ਧਿਆਨ ਚ ਰੱਖ ਕੇ ਚੱਲਣਾ 50 ਨਹੀਂ ਸੋਰੀ ਇੱਥੇ 10 ਸੀਗਾ ਠੀਕ ਕਿ ਕਿੰਨਾ ਸੀਗਾ 10 ਅਸੀਂ ਇੰਨਾ ਕੱਢਿਆ ਨਾ 10 ਹੁਣ ਪ੍ਰਤੀਸ਼ਤ ਕੱਢਣ ਦੇ ਲਈ ਅਸੀਂ ਕੀ ਕਰਦੇ ਆ ਗੁਣਾ 100 ਨਾਲ x ਨਾਲ x ਕੈਨਸਲ ਠੀਕ ਹੈ ਇੱਥੇ ਤੁਹਾਡੇ ਕੋਲੇ 10 ਪਿਆ ਵਾ ਆਹ ਜ਼ੀਰੋ ਦੇ ਨਾਲ ਇਹ ਵੀ ਜ਼ੀਰੋ ਕੈਨਸਲ ਹੋ ਜਾਣੀ ਆ ਇਥੇ ਰਹਿ ਗਿਆ 5 ਇਥੇ ਤੁਸੀਂ ਕਰਤਾ 2 ਨਾਲ ਕੱਟਦਾ 39 ਨੂੰ ਜਦੋਂ ਤੁਸੀਂ 2 ਨਾਲ ਗੁਣਾ ਕੀਤੀ ਤੁਹਾਡੇ ਕੋਲ ਆ ਗਿਆ 78 অপਸ਼ਨ ਇਹਦੇ ਵਿੱਚ ਤੁਹਾਡੇ ਕੋਲੇ ਸੀ অপਸ਼ਨ ਰਾਈਟ ਬਣੇਗੀ ਠੀਕ ਹੈ ਜੀ ਨੈਕਸਟ ਕੁਐਸ਼ਨ ਇੱਕ ਪਿੰਡ ਦੀ ਮਾਯੂਦ ਦਾ ਆਬਾਦੀ 677600 ਹੈ ਇਹ 4% ਸਾਲ ਦੀ ਦਰ ਨਾਲ 4% ਪ੍ਰਤੀ ਸਾਲ ਦੀ ਦਰ ਨਾਲ ਵਧ ਰਿਹਾ ਹੈ 2 ਸਾਲ ਪਹਿਲਾਂ ਪਿੰਡ ਦੀ ਆਬਾਦੀ ਕਿੰਨੀ ਸੀ ਤਾਂ ਸਭ ਤੋਂ ਪਹਿਲਾਂ ਦੇਖੋ ਮੰਨ ਲਿਆ ਕਿ 2 ਸਾਲ ਪਹਿਲਾਂ ਜਿਹੜੀ ਪਿੰਡ ਦੀ ਜਨਗਣ ਸੰਖਿਆ ਸੀਗੀ ਜਾਂ ਆਬਾਦੀ ਸੀ ਉਹ ਕਿੰਨੀ ਸੀ ਐਕਸ ਸੀ ਇਹ ਮੰਨ ਕੇ ਚੱਲ ਪਏ ਸੀ ਕਿ ਕਿੰਨੀ ਸੀਗੀ ਐਕਸ ਸੀ ਹੁਣ ਸਾਨੂੰ ਇੱਕ ਪਿੰਡ ਦੀ ਮੌਜੂਦਾ ਆਬਾਦੀ ਤਾਂ ਪਤਾ ਵਾ ਕਿੰਨੀ ਆ ਠੀਕ ਹੈ ਹੁਣ ਦੇਖੋ ਉਸ ਜਿਹੜੀ ਪਿੰਡ ਦੀ ਆਬਾਦੀ ਹੈ ਉਹ 4% 4% ਦਰਨ ਨਾਲ ਵੱਧ ਰਹੀ ਆ 4% ਸਾਲ ਪ੍ਰਤੀ ਸਾਲ ਪ੍ਰਤੀ ਸਾਲ ਮਤਲਬ ਇੱਕ ਸਾਲ 4% ਵੱਧ ਰਹੀ ਆ ਠੀਕ ਹੈ 4% ਵੱਧ ਰਹੀ ਆ ਤੇ ਕਿੰਨੇ ਦੀ ਗੱਟਨੀ ਆ ਸੀ 2 ਸਾਲ ਦੀ ਗੱਟਨੀ ਆ ਤੇ ਉੱਤੇ ਲਿਖ ਦਾਂਗੇ 2 ਬਸ ਇਹੀ ਸ਼ਾਰਟ ਟ੍ਰਿਕ ਆ ਜਿਹੜੀ ਕਿ ਮੈਂ ਤੁਹਾਨੂੰ ਸਿਖਾ ਦੱਸ ਦਿੱਤਾ ਕਿ ਕਿੱਦਾਂ ਆਣੀ ਆ ਹੁਣ ਅੱਗੇ ਅਸੀਂ ਕਰਦੇ ਆ ਟੋਟਲ ਤੁਹਾਨੂੰ 기ਵਨ ਹੈ 67600 ਹੁਣ 2 ਸਾਲ ਬਾਅਦ 2 ਸਾਲ ਬਾਅਦ ਕੀ ਆ 2 ਸਾਲ ਸੌਰੀ 2 ਸਾਲ ਪਹਿਲਾਂ ਪਿੰਡ ਦੀ ਆਬਾਦੀ ਦੱਸਣੀ ਆ ਸੀ 2 ਸਾਲ ਪਹਿਲਾਂ ਦੀ ਦੱਸਣੀ ਆ ਸੀ ਘਾ ਦੋ ਲਿਖਦਾ ਠੀਕ ਹੈ ਹੁਣ ਉਹ ਕਹਿੰਦਾ 4% ਪ੍ਰਤੀ ਸਾਲ ਨਾਲ ਵੱਧ ਰਹੀ ਹੈ 1 ਸਾਲ ਵੱਧ ਰਹੀ ਆ 1 ਸਾਲ ਦੀ 4% ਵੱਧ ਰਹੀ ਹੈ ਇਹ ਤੁਹਾਡਾ ਬਣ ਗਿਆ ਕਿ ਦੀ ਵੱਧ ਰਹੀ ਆ x ਦੀ ਅਸੀਂ ਕਿਉਂਕਿ ਲਿਖਿਆ ਹੋਇਆ ਵਾ ਕਿ 2 ਸਾਲ ਪਹਿਲਾਂ ਆਬਾਦੀ ਕਿੰਨੀ ਸੀ x ਸੀ ਇਸੀ ਮੰਨ ਕੇ ਚੱਲੇ ਹੁਣ ਮੈਂ ਤੁਹਾਨੂੰ ਦੱਸਿਆ ਕਿ ਪ੍ਰਤੀਸ਼ਤ ਨੂੰ ਕੀ ਕਰਨਾ ਵਾ ਤੁਸੀਂ ਹਟਾ ਕੇ /100 ਕਰ ਦਿਓ 1 ਚੌਕਾ ਚੌਕਾ 25 ਚੌਕਾ 100 ਇੱਥੇ ਤੁਹਾਡੇ ਕੋਲੇ ਆ ਗਿਆ 1/25 ਫਿਰ ਤੁਸੀਂ ਜਦੋਂ ਇਹਦੇ ਨਾਲ ਐਲਸੀਐਮ ਲੈ ਕੇ ਇਹਦੇ ਵਿੱਚ ਐਡ ਕਰੋਗੇ ਤਾਂ ਤੁਹਾਡੇ ਕੋਲ ਇੱਥੇ ਬਣ ਜਾਣਾ 26/25 ਦਾ ਹੋਲ ਸਕੁਅਰ ਠੀਕ ਹੈ ਇੱਥੇ ਤੱਕ ਤਾਂ ਹੋ ਗਿਆ ਇਸ ਤਰ੍ਹਾਂ ਤੁਹਾਡਾ ਕੁਐਸਚਨ ਹੁਣ ਦੇਖੋ ਇੱਥੇ ਸੀ ਤੁਹਾਡੇ ਕੋਲੇ 67600 ਇਧਰ ਆ ਤੁਹਾਡੇ ਕੋਲੇ x ਭਟਾ ਸੀਗਾ ਤੁਹਾਡੇ ਕੋਲੇ ਕਿੰਨਾ ਆਊਗਾ ਇੱਧਰ ਮੈਂ ਕਿਉਂ ਲਿਖ ਰਹੀ ਆ ਚਲੋ ਮੈਂ ਤੁਹਾਨੂੰ ਪੂਰਾ ਸਟੈਪ ਵੀ ਕਰਕੇ ਦਿਖਾ ਦਿੰਨੀ ਆ ਮੈਂ ਕੱਟ ਕਰਕੇ ਵਿੱਚ ਗਰਾਉਣ ਲੱਗੀ ਸੀ ਸਿੱਧਾ ਤਾਂ ਇੱਥੇ ਤੁਹਾਡੇ ਕੋਲੇ ਕਿੰਨਾ ਬਣ ਗਿਆ 26/25 ਦਾ ਹੋਲ ਸਕੁਅਰ ਹੁਣ ਦੇਖੋ 67600 ਇੱਧਰ 25 ਦੀ ਘਾਤ 2 ਆ ਜਿਹੜੀ ਡਿਵਾਈਡ ਹੋ ਰਹੀ ਆ ਤੇ ਇੱਧਰ ਆ ਕੀ ਹੋਊਗੀ ਗੁਣਾ ਤਾਂ ਅਸੀਂ ਗੁਣਾ ਕਰਤੀ ਹੁਣ ਉੱਪਰ ਕਿੰਨਾ ਪਿਆ ਵਾ 26 26 ਦੀ ਘਾਤ ਕਿੰਨੀ ਆ 2 ਘਾਤ 2 ਹੁਣ ਦਾ ਮਤਲਬ ਸੇਮ ਨੰਬਰ ਦੋ ਵਾਰ ਮਲਟੀਪਲਾਈ ਹੋ ਰਿਹਾ ਅਸੀਂ ਡਿਵਾਈਡ ਕਰਤਾ ਠੀਕ ਹੈ ਜਦੋਂ ਤੁਸੀਂ ਡਿਵਾਈਡ ਕਰਕੇ ਇਹਨੂੰ ਕੱਟ ਕਰੋਗੇ ਤਾਂ ਤੁਹਾਡੇ ਕੋਲੇ ਕਿੰਨਾ ਬਚ ਜਾਣਾ ਇੱਥੇ 625 25 25 625 26 ਨੂੰ 26 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲੇ 67 600 ਬਣ ਜਾਣਾ ਕਰਕੇ ਦੇਖ ਲੈਣਾ ਸੌਰੀ 26 ਨੂੰ ਜਦੋਂ ਤੁਸੀਂ 26 ਨਾਲ 26 ਨੂੰ ਗੁਣਾ ਕਰੋਗੇ ਤਾਂ ਤੁਹਾਡੇ ਕੋਲੇ ਬਣ ਜਾਣਾ 625 76 676 ਨੂੰ ਤੁਸੀਂ 673 ਨਾਲ ਕੱਟ ਦਿੱਤਾ ਤਾਂ ਤੁਹਾਡੇ ਕੋਲ ਪਿੱਛੇ ਕੀ ਰਹਿ ਜਾਣਾ ਇੱਥੇ 100 100 ਰਹਿ ਜਾਣਾ ਤੇ ਨਾਲ ਤੁਹਾਡੇ ਕੋਲ 25 25 25 25 ਕਿੰਨੇ 25 ਦੀ ਘਾਤ ਦੋ ਕਿੰਨੀ ਹੁੰਦੀ ਹੈ 625 ਜੋ ਤੁਸੀਂ ਇਹਨਾਂ ਗੁਣਾ ਕੀਤੀ ਤਾਂ ਤੁਹਾਡੇ ਕੋਲ ਕਿੰਨਾ ਆਇਆ ਨਾ 62500 ਯਾਨੀ ਕਿ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਸੀਨੀਅਰ ਕਰਮਚਾਰੀਆਂ ਦੇ ਰਿਟਾਇਰ ਹੋਣ ਕਾਰਨ ਉਦਯੋਗ ਵਿੱਚ ਉਤਪਾਦਨ ਵਿੱਚ 20% ਦੀ ਕਮੀ ਆਈ ਆ ਕੰਮ ਦੇ ਘਟ ਘੰਟਿਆਂ ਵਿੱਚ ਕਿੰਨੇ ਪ੍ਰਤੀਸ਼ਤ ਵਾਧੇ ਨਾਲ ਅਸਨ ਉਤਪਾਦਨ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇਗਾ ਹਾਂਜੀ ਤਾਂ ਇਸ ਕੁਐਸਚਨ ਹਾਂਜੀ ਇਸ ਕੁਐਸਚਨ ਦੇ ਵਿੱਚ ਕੀ ਹੈ ਅਸੀਂ ਮੰਨ ਲੈਂਦੇ ਕਿ ਕਰਮਚਾਰੀਆਂ ਦੀ ਜਿਹੜੀ ਸੰਖਿਆ ਉਹ ਕਿੰਨੀ ਆ 100 ਆ ਠੀਕ ਹੈ ਕਰਮਚਾਰੀਆਂ ਦੀ ਸੰਖਿਆ 100 ਆ ਤਾਂ ਘੰਟੇ ਕਿੰਨੇ ਹੋਣਗੇ ਕੰਮ ਕਰਨ ਤੇ 10 ਠੀਕ ਹੈ ਹੁਣ ਅਸੀਂ ਮੰਨ ਲੈਣਾ ਵਾ ਕੀ ਮੰਨਣਾ ਵਾ ਸੀ ਕਿ ਕੰਮ ਦੇ ਘੰਟਿਆਂ ਵਿੱਚ ਕਿੰਨੇ ਪ੍ਰਤੀਸ਼ਤ ਵਾਧੇ ਨਾਲ ਅਸਨ ਉਤਪਾਦਨ ਨੂੰ ਦੁਬਾਰਾ ਸਥਾਪਿਤ ਕੀਤਾ ਜਾ ਸਕਦਾ ਤਾਂ ਅਸੀਂ ਮੰਨ ਲੈਂਦੇ ਆ ਕੀ ਐਕਸ ਦੁਆਰਾ ਕੀਤਾ ਜਾ ਸਕਦਾ ਵਾ ਠੀਕ ਹੈ ਇਸ ਲਾਈਨ ਦੇ ਵਿੱਚ ਐਕਸ ਦੁਆਰਾ ਕੀਤਾ ਜਾ ਸਕਦਾ ਦੈਨ ਨੂੰ ਪੜ ਲੈਣਾ ਧਿਆਨ ਨਾਲ ਹੁਣ ਦੇਖੋ ਇਹ ਹੋ ਗਿਆ ਤੁਹਾਡੇ ਕੁਐਸਚਨ ਦਾ ਅਸਲ मीनिंग ਜੋ ਸੀ ਹੁਣ ਇਹਦੇ ਵਿੱਚ ਅਸੀਂ ਦੇਖ ਲੈਨੇ ਕਿ ਕੋਲ ਉਤਪਾਦਨ ਕਿੰਨਾ ਹੋਇਆ 10 ਘੰਟੇ ਕੰਮ ਕੀਤਾ 100 ਜਾਣ ਬੰਦਿਆਂ ਨੇ ਕੀਤਾ ਤਾਂ ਕਿੰਨੀ ਕਿੰਨਾ ਉਤਪਾਦਨ ਹੋ ਰਿਹਾ ਵਾ 100 ਰੁਪਏ ਦਾ ਹੋ ਰਿਹਾ 100 ਦਾ ਹੋ ਰਿਹਾ ਵਾ ਠੀਕ ਹੈ 100 ਦਾ 100 ਗੁਣਾ ਗੁਣਾ ਕਰਤਾ 100 ਨੂੰ 10 ਨਾਲ ਕਿਤਾ ਕਿੰਨਾ ਹੋ ਗਿਆ 1000 ਹੁਣ 1000 ਇਕਾਈ ਆ ਗਿਆ ਜਦੋਂ 1000 ਇਕਾਈ ਆ ਗਿਆ ਤਾਂ ਇਹਦੇ ਵਿੱਚ ਕਮੀ ਵੀ ਆਈ ਆ ਕਮੀ ਕਿੰਨੀ ਦੀ ਆਈ ਆ 20% ਦੀ ਇਹਨਾਂ ਦੇ ਹੀ 20% ਦੀ ਕਮੀ ਆਈ ਇਹਨਾਂ ਤੇ 3000 ਦੇ 20% ਦੀ ਕਮੀ ਦੇ ਦੇਣਿਆ ਸੀ 20% ਪ੍ਰਤੀਸ਼ਤ ਮਤਲਬ ਕਿ 1/100 ਆ 0 2 ਜ਼ੀਰੋ ਨਾਲ ਆ ਦੋ ਜ਼ੀਰੋ ਮੈਂ ਕੈਨਸਲ ਤਾਂ ਇੱਥੇ ਤੁਹਾਡੇ ਕੋਲੇ ਕਿੰਨਾ ਆ ਗਿਆ 1000 200 ਬਰਾਬਰ ਆ ਗਿਆ 800 ਮਤਲਬ 800 ਦੇ ਉਤਪਾਦਨ ਦੀ ਕਮੀ ਆਈ ਆ 800 ਦੇ ਤੋਂ ਪਾਦਨ ਦੀ ਤਾਂ ਕਮੀ ਆ ਗਈ ਪਰ ਅਸੀਂ ਕਿਹਦੇ 'ਚ ਕੱਢਣੀ ਆ ਪਰਸੈਂਟੇਜ ਦੇ ਵਿੱਚ ਕੱਢਣੀ ਆ ਤਾਂ ਕੰਮ ਕਰਨ ਦੇ ਘੰਟਿਆਂ ਦਾ 800 ਦੇ ਵਿੱਚ ਤੇ ਅਸੀਂ x ਮੰਨੀ ਸੀਗੀ ਕਿ ਉਹਦੇ ਵਿੱਚ ਅਸਲ ਉਤਪਾਦਨ ਨੂੰ ਦੁਬਾਰਾ ਸਥਾਪਿਤ ਕਰਨ ਦੇ ਲਈ ਕਿੰਨੇ ਘੰਟੇ ਕੰਮ ਕਰਨਾ ਪੈਣਾ x ਘੰਟੇ ਤਾਂ 800 ਦਾ x ਪ੍ਰਤੀਸ਼ਤ ਆਫ x x ਪਰਸੈਂਟੇਜ ਆਫ 800 ਇਸ ਤਰ੍ਹਾਂ ਲਿਖਣਾ ਸੀਗਾ ਠੀਕ ਹੈ ਇਹਨੂੰ ਆਫ ਦੀ ਜਗ੍ਹਾ ਤੇ ਅਸੀਂ ਪਾ ਲੈਣਾ ਗੁਣਾ ਪਰਸੈਂਟੇਜ ਘੱਟ ਕੇ ਅਸੀਂ ਕੀ ਕਰ ਦੇਣਾ /100 100 ਨਾਲ ਇਹਨੂੰ ਕੈਨਸਲ ਹੋ ਗਿਆ ਇਹ ਠੀਕ ਹੈ ਤਾਂ ਇੱਥੇ ਤੁਹਾਡੇ ਕੋਲ ਕਿੰਨਾ ਬਚ ਗਿਆ 800 8x ਬਰਾਬਰ ਕੀ ਦੇ ਆ ਇਹ 1000 ਦੇ 1000 ਇੱਕਾਈ ਅਸੀਂ ਉੱਪਰ ਕੱਢ ਚੁੱਕੇ ਹਾਂ ਹੁਣ ਇੱਥੇ ਤੁਹਾਡੇ ਕੋਲ ਕਿੰਨਾ ਬਣ ਗਿਆ 800 ਇਧਰ ਦੇਖੋ ਪਲੱਸ ਦਾਵਾ ਤੇ ਇਧਰ ਆ ਕਿ ਕੀ ਹੋ ਗਿਆ ਮਾਈਨਸ ਦਾਦਾ ਇੱਥੇ ਤੁਹਾਡੇ ਕੋਲ ਕਿੰਨਾ ਬਣ ਗਿਆ 8x ਬਰਾਬਰ ਹੈ 200 ਦੇ ਹੁਣ 8x ਦਾ 200 ਦੇ ਬਰਾਬਰ ਆ ਗਿਆ ਜਿਹੜਾ 200 8 ਹੈ ਇਧਰ ਇਧਰ 8 ਪਿਆ ਨਾ ਇਧਰ ਮਲਟੀਪਲਾਈ ਹੋ ਰਿਹਾ ਤਾਂ ਇੱਥੇ ਆ ਕਿ ਕੀ ਹੋ ਗਿਆ ਡਿਵਾਈਡ ਹੁਣ ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ 200 8 ਕਰੋਗੇ ਤਾਂ ਇੱਥੇ ਤੁਹਾਡੇ ਕੋਲ ਕਿੰਨਾ ਰਹਿ ਜਾਣਾ ਮੈਂ ਦੇਖੋ ਇੱਥੇ 2 ਆ ਗਿਆ ਠੀਕ ਹੈ 25 ਚੌਕਾ ਕਿੰਨੇ ਹੁੰਦੇ ਆ 100 ਹੁੰਦੇ ਆ 25 ਚੌਕਾ 100 ਹੁੰਦੇ ਆ ਬਟ 25 ਚੌਕਾ ਇੱਥੇ ਤੁਹਾਡੇ ਕੋਲ ਕਿੰਨਾ ਦਿੱਤਾ ਹੋਇਆ 200 ਦਿੱਤਾ ਹੋਇਆ ਵਾ ਠੀਕ ਹੈ ਤਾਂ ਇੱਥੇ ਤੁਸੀਂ ਕੀ ਲਿਖੋਗੇ ਤੁਸੀਂ ਇਹਨੂੰ ਛੋਟੇ ਤੋਂ ਛੋਟੇ ਟੇਬਲ ਤੇ ਕੱਟ ਕਰ ਲੈਣਾ ਜਦੋਂ ਤੁਸੀਂ 4 ਤੇ ਕਟੋਗੇ 5 ਚੋਕਾ ਕਿੰਨੇ ਹੁੰਦੇ 20 ਨਾਲ ਜ਼ੀਰੋ ਲੱਗ ਗਈ ਫਿਰ ਜਦੋਂ 2 ਤੇ ਕਟਾਂਗੇ ਇੱਥੇ ਕਿੰਨਾ ਆ ਗਿਆ 25 25 35 ਤੁਹਾਡਾ ਆਨਸਰ ਆਪਸ਼ਨ ਡੀ ਆ ਰਾਈਟ ਹੋਏਗੀ ਠੀਕ ਹੈ ਨੈਕਸਟ ਕੁਐਸਚਨ ਹੈ ਜੀ ਜੇਕਰ ਬਿਜਲੀ ਦੇ ਬਿੱਲ ਦਾ ਭੁਗਤਾਨ ਨਿਰਧਾਰਿਤ ਮਿਤੀ ਤੋਂ ਪਹਿਲਾਂ ਕੀਤਾ ਜਾਂਦਾ ਵਾ ਕੋਈ ਲਾਸਟ ਡੇਟ ਮਿਤੀ ਆ ਦਿੱਤੀ ਹੋਈ ਜੇਕਰ ਉਹ ਬਿਜਲੀ ਦੇ ਬਿੱਲ ਦਾ ਭੁਗਤਾਨ ਉਹ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਤਾਂ ਬਿੱਲ ਦੀ ਰਕਮ ਦੇ 4% ਦੀ ਛੋਟ ਦਿੱਤੀ ਜਾਂਦੀ ਹੈ ਕਿੰਨੀ ਦਿੱਤੀ ਜਾਂਦੀ ਹੈ ਛੋਟ ਦਿੱਤੀ ਜਾਂਦੀ ਹੈ 4% ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਭੁਗਤਾਨ ਕਰਨ ਵਾਲੇ ਵਿਅਕਤੀ ਨੂੰ 13 ਰੁਪਏ ਦੀ ਛੋਟ ਮਿਲੀ ਜਿਨੇ ਨਿਰਧਾਰਿਤ ਮਿਤੀ ਤੋਂ ਪਹਿਲਾਂ भुगतान ਕਰਤਾ ਉਹਨੂੰ ਤਾਂ 13 ਰੁਪਏ ਦੀ ਛੋਟ ਮਿਲ ਗਈ ਫਿਰ ਉਹ ਕਹਿੰਦੇ ਉਸ ਦੇ ਬਿੱਲ ਦੀ ਰਕਮ ਕਿੰਨੀ ਸੀ ਤਾਂ ਅਸੀਂ ਬਿੱਲ ਦੀ ਰਕਮ ਫਾਈਂਡ ਆਊਟ ਕਰਨੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਮੰਨ ਲਿਆ ਕਿ ਬਿੱਲ ਦੀ ਰਕਮ ਕਿੰਨੀ ਆ x ਆ ਹੁਣ x ਦੇ ਹੀ 4% ਛੋਟ ਮਿਲਣੀ ਆ ਕਿਉਂ ਮਿਲਣੀ ਆ ਕਿਉਂਕਿ ਉਹਨੇ ਕੀ ਕੀਤਾ ਵਨਰ ਧਾਰਿਤ ਮਿਤੀ ਤੋਂ ਪਹਿਲਾਂ ਬਿੱਲ ਤਾਰ ਦਿੱਤਾ ਤਾਂ x 4% ਠੀਕ ਹੈ x 4% ਬਰਾਬਰ ਹੈ ਕਿੰਨੇ ਦਿੱਤੇ ਰੁਪਏ ਦੀ ਛੋਟ ਹੋਈ ਆ 13 ਰੁਪਏ ਦੀ ਉਹ ਅਸੀਂ ਬਰਾਬਰ ਲਿਖ ਲਿਆ ਹੁਣ ਇੱਥੇ x 4/100 ਬਰਾਬਰ ਆ ਗਿਆ 13% ਸੌਰੀ 13 ਰੁਪਏ ਠੀਕ ਹੈ ਹੁਣ ਦੇਖੋ ਇੱਥੇ 1 ਚੌਕਾ 4 ਚੌਕਾ 25 ਚੌਕਾ 100 ਇਹ 25 ਇੱਧਰ ਡਿਵਾਈਡ ਹੋ ਰਿਹਾ ਤੇ ਇੱਧਰ ਆ ਕੇ ਗੁਣਾ ਹੋ ਜਾਊਗਾ ਜਦੋਂ ਤੁਸੀਂ 25 ਨੂੰ 13 ਨਾਲ ਮਲਟੀਪਲਾਈ ਕੀਤੀ ਤਾਂ ਤੁਹਾਡੇ ਕੋਲੇ ਇੱਥੇ ਬਣ ਜਾਣਾ ਮਾ 325 ਮਤਲਬ ਉਹਦੇ ਬਿੱਲ ਦੀ ਰਕਮ ਕਿੰਨੀ ਸੀ 325 অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਇੱਕ ਲੜਕੇ ਨੂੰ ਰਕਮ ਦਾ 301/2 ਲੱਭਣ ਲਈ ਕਿਹਾ ਗਿਆ ਹੈ ਠੀਕ ਹੈ ਇੱਕ ਲੜਕਾ ਵਾ ਉਹਨੂੰ ਰਕਮ ਦਾ 301/2 ਲੱਭਣ ਲਈ ਕਿਹਾ ਜਾਂਦਾ ਵਾ ਉਹ ਸਵਾਲ ਨੂੰ ਗਲਤ ਪੜ੍ਹ ਲੈਂਦਾ ਵਾ ਗਲਤ ਪੜ੍ਹ ਕੇ ਉਸ ਵਿੱਚੋਂ 501/2 ਕੱਢ ਦਿੰਦਾ ਤਾਂ ਇਸ ਦਾ ਜਵਾਬ 220 ਸੀ ਤਾਂ ਸਹੀ ਜਵਾਬ ਕੀ ਹੋਵੇਗਾ ਹੁਣ ਅਸੀਂ ਕੀ ਕਰਦੇ ਹਾਂ ਕੋਈ ਰਕਮ ਆ ਜਿਹੜੀ ਉਹਨੇ ਕਿਹਾ ਵਾ ਉਹਨੂੰ ਮੰਨ ਲੈਂਦੇ ਆ ਵੀ ਉਹ x ਆ ਜੇ ਉਹ ਰਕਮ x ਆ ਤਾਂ ਉਹਦਾ ਸਹੀ ਕਿੰਨਾ ਕੱਢਣਾ ਵਾ 501/2 ਹੀ ਕੱਢਣਾ ਨਾ 5 ਸਹੀ 1/2 ਇਹਨੂੰ ਕਿੱਦਾਂ ਲਿਖਦੇ ਨੇ 5 ਸਹੀ 1/2 ਨੂੰ ਇਸ ਤਰ੍ਹਾਂ ਮਿਕਸ ਫ੍ਰੈਕਸ਼ਨ ਮਿਕਸ ਫ੍ਰੈਕਸ਼ਨ ਇਸੇ ਤਰ੍ਹਾਂ ਲਿਖੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਤਾਂ ਹੁਣ ਇਹ ਕਿੱਦਾਂ ਲਿਖਾਂਗੇ ਤੋੜਾਂਗੇ ਇਹਨੂੰ 5 2 10 1 11 11/2 ਠੀਕ ਹੈ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਦੇ ਹੋਏ ਅੱਗੇ ਅਸੀਂ ਕੁਐਸਚਨ ਸੋਲਵ ਕਰਦੇ ਹਾਂ ਇੱਥੇ ਆ ਗਿਆ ਤੁਹਾਡੇ ਕੋਲੇ 11/2 ਹੁਣ ਦੇਖੋ 11/2 ਮੈਂ ਕੀ ਲਿਖਿਆ ਸੀਗਾ ਕਿ ਜਿਹੜੀ ਰਾਸ਼ੀ ਜਾਂ ਟੋਟਲ x ਆ ਹੁਣ x ਦਾ 11/2 2 ਲਿਖ ਲੈਣੇ ਆ x ਦਾ 11/2 ਅਸੀਂ ਸਹੀ ਜਵਾਬ ਲੱਭ ਰਹੇ ਆ ਨਾ ਤੇ ਗਲਤ ਜਵਾਬ ਕਿੰਨਾ ਆਇਆ ਸੀਗਾ 220 ਉਹ ਅਸੀਂ ਲਿਖਤਾ ਬਰਾਬਰ ਤਾਂ ਇੱਥੇ ਤੁਹਾਡੇ ਕੋਲੇ ਕੀ ਬਣਿਆ ਨਾ ਦੋ ਇਧਰ ਮਲਟੀਪਲ ਡਿਵਾਈਡ ਹੋ ਰਿਹਾ ਤਾਂ ਉਧਰ じゃ ਕੀ ਹੋਊਗਾ ਮਲਟੀਪਲ ਆ ਇਧਰ ਮਲਟੀਪਲ ਹੋ ਰਿਹਾ ਤੇ ਇਧਰ ਆ ਕੇ ਡਿਵਾਈਡ 11 11 11 2 22 ਇੱਥੇ ਆ ਗਿਆ 20 2 40 ਤਾਂ ਇੱਥੇ ਤੁਹਾਡੇ ਕੋਲ ਕਿੰਨਾ ਆ ਗਿਆ 40 ਹਾਂਜੀ ਕਿੰਨਾ ਆ ਗਿਆ 40 ਪਰ ਇੱਥੇ ਕੀ ਸੀਗਾ x ਪ੍ਰਤੀਸ਼ਤ ਲੈ ਕੇ ਚੱਲਨੇ ਸੀਗੇ ਅਸੀਂ ਸੌਰੀ 5 11/2 ਪ੍ਰਤੀਸ਼ਤ ਲਿਖਿਆ ਹੋਇਆ ਹੈ ਨਾ ਨਾਲ 5/5 ਸਹੀ 1/2 ਤੋਂ ਬਣਾਇਆ ਸੀ ਪ੍ਰਤੀਸ਼ਤ ਲਿਖਿਆ ਤਾਂ ਪ੍ਰਤੀਸ਼ਤ ਦਾ ਮਤਲਬ ਕੀ ਹੁੰਦਾ /100 ਜੇ /100 ਹੋਵਾ ਤਾਂ ਉਹ ਵੀ ਇੱਧਰ ਆ ਕੇ ਮਲਟੀਪਲਾਈ ਹੋਊਗਾ 40 ਬਣਿਆ ਸੀਗਾ ਤੇ 40 ਦੇ ਨਾਲ 100 ਮਲਟੀਪਲਾਈ ਕੀਤਾ 4000 ਬਣੀ ਹੈ ਹੁਣ ਸਾਡੇ ਕੋਲ ਇੱਥੋਂ ਜਿਹੜੀ ਰਾਸ਼ੀ ਜਿਲੀ ਉਹ ਕਿੰਨੀ ਹੋਗੀ 40 4000 ਪਰ ਉਹਨੇ ਗਲਤ ਅਨੁਮਾਨ ਚ ਕੀ ਘਟ ਦਿੱਤਾ ਸੀ ਗਲਤ ਅਨੁਮਾਨ ਚ ਉਹਨੇ ਉਸੇ ਰਾਸ਼ੀ ਦਾ ਕੀ ਘਟਿਆ ਸੀਗਾ 301/2 ਪ੍ਰਤੀਸ਼ਤ ਤਿੰਨ ਅਸਈ 1 ਬਟਨ ਨੂੰ 2 ਨੂੰ ਤੁਸੀਂ ਤੋੜੋਗੇ ਤਾਂ ਇਹ ਕਿੰਨਾ ਬਣ ਗਿਆ 7/2% ਠੀਕ ਹੈ 7/2% ਇਹ ਹੁਣ ਹੈ ਕਿ ਦਾ x ਦਾ x ਕਿੰਨੀ ਆ ਗਈ 4000 ਤਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦੋ ਹੁਣ ਇਹ ਵੀ ਪ੍ਰਤੀਸ਼ਤ ਆ ਪ੍ਰਤੀਸ਼ਤ ਜਦੋਂ ਤੋੜੋਗੇ ਤਾਂ ਕਿੰਨਾ ਆਜੂਗਾ ਜਦੋਂ ਅਸੀਂ ਪ੍ਰਤੀਸ਼ਤ ਨੂੰ ਤੋੜਿਆ ਤਾਂ /100 ਲੱਗਿਆ ਨਾ ਉਹ ਦੋ ਜਿਹੜਾ ਮੈਨ ਦਾ ਨਾ ਕੈਨਸਲ ਹੋ ਜਾਣੀਆਂ 1 2 2 2 2 40 ਠੀਕ ਹੈ ਹੁਣ ਆ ਗਿਆ b ਤਾਂ b ਤੁਹਾਡੇ ਕੋਲ ਕਿੰਨਾ ਆ ਗਿਆ ਇੱਥੇ 140 ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ 140 b ਨੂੰ 7 ਨਾਲ ਗੁਣਾ ਕਰਾਂਗੇ 140 ਬਣੇਗਾ ਤਾਂ ਆਪਸ਼ਨ ਨੰਬਰ b ਇਜ਼ ਦਾ ਰਾਈਟ ਆਨਸਰ ਹੈ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਕੱਲ ਅਸੀਂ ਕਰਾਂਗੇ ਪਾਰਟ 2 ਇਹ ਕੁਐਸ਼ਨ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਹੋਣ ਕਰਕੇ ਥੋੜੇ ਇੰਪੋਰਟੈਂਟ ਸੀ ਪਰ ਟਫ ਵੀ ਸੀ ਠੀਕ ਹੈ ਹਾਂਜੀ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ